शमादान रेडियो पंजाब टुडे दे प्रोग्राम शमादान दे नाल जुड़ चुके सारे स्रोतियां दा करते हैं जी स्वागत। बठिंडा स्टूडियो तो तुसी इस वक्त लाइव जुड़ चुके हो ते मैं जसप्रीत सिंह हाजिर हाँ जी। अज मंगलवार दिन 28 जून का प्रोग्राम लैके तो प्रोग्राम के पहले हिस्से साढ़े न गलबात करने के लिए जुड़नगे जी सीनियर पत्रकार सरदार जसवीर सिंह पटी जी। सो पटी साहब सत श्री अकाल जी। जसप्रीत जी मेरे वालों भी आप जी सारे स्रोतियां नूं सत श्री अकाल जी। पटी साहब तो पटी साहब आप खबरों के उत्ते चर्चा करनी है जी तो इस दौरान एक खबर जी बहुत जंगल की अग तरह फैली पई है क्योंकि वह वीडियो जी सामने आई बड़ी शर्मनाक वीडियो है बड़ी ही गलत तरीके का वह कारा है तो करने वाला भी पुलिस वाला है। तो मैं गल कर रहा जी डेरावसी गोलीकांड की। सो हूँ बड़ो जोड़ा थानेदार से उसके खिलाफ मुकदमा भी दर्ज हो गया पर यह मामला की है जी। जी मामला एक्चुअली थोड़ा जहा सा लोग भी जड़े ने जरूर तो ज्यादा अपनी जड़ी टेस्ट आ जाते हैं। अच्छा जी डेरा बसी दे विच ओ नौजवान बार बार कह रहा है भी मैं अपनी पत्नी ना अपने घर तो बाहर निकले असि बाहर कुल्फी खान डे सी लैके। अच्छा जी एक गड्डी पुलिस दी लंघ दी आ अगो फिर मुड़दी आ ते सानू कहिंदे तुसीं गड्डी च बैठो कहिंदे काहे केस जी केड़े केस असां ना कर आ ਤੁਸੀਂ ਗੱਡੀ ਚ ਬੈਠੋ ਇੰਨੀ ਗੱਲ ਦੇ ਉੱਤੋਂ ਉਹਨਾਂ ਦੀ ਜਿਹੜੀ ਲੇਡੀ ਹੁੰਦੀ ਹੈ ਥੋੜੀ ਗਰਮੀ ਜ਼ਿਆਦਾ ਖਾ ਜਾਂਦੀ ਤੇ ਉਹ ਆਪਣੇ ਭਰਾ ਨੂੰ ਬੁਲਾ ਲਿਆਉਂਦੇ ਅੰਦਰੋਂ ਕਿ ਸਾਡੇ ਗੱਲ ਪੈਣ ਡੇ ਪੁਲਿਸ ਵਾਲੇ। ਅੱਛਾ ਜੀ ਭਰਾ ਕੇ ਪੁਲਿਸ ਵੀ ਗੱਲ ਪੈਂਦਾ ਵੀ ਤੁਸੀਂ ਕੌਣ ਰੋਕਣ ਵਾਲੇ ਵੀ ਦੱਸੋ ਕੀ ਤਕਲੀਫ ਤੁਹਾਨੂੰ ਜੀ ਹੋ ਸਕਦਾ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਹੋਵੇ ਹੋ ਸਕਦਾ ਉਹਨੂੰ ਕੋਈ ਸ਼ੱਕ ਹੋਵੇ ਕਿਸੇ ਗੱਲ ਦਾ ਤੇ ਪੁਲਿਸ ਨੇ ਕਿਹਾ ਹੋਵੇ ਭਾਈ ਤੁਹਾਨੂੰ ਸਾਡੇ ਨਾਲ ਥਾਣੇ ਜਾਣਾ ਪੈਣਾ। ਜੀ ਉਹ ਲੜਕੀ ਵੀ ਬਕਾਇਦਾ ਤੌਰ ਤੇ ਪੁਲਿਸ ਦੇ ਗੱਲ ਪਈ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਉਹ ਲੜਕੇ ਵੀ ਪੁਲਿਸ ਦੇ ਗੱਲ ਪੈਂਦ ਤਾਂ ਗਏ ਤੇ ਉਹਨੇ ਕਿਹਾ ਤੁਸੀਂ ਮੇਰੀ ਵਰਦੀ ਪਾੜ ਦਿਓ ਤੁਸੀਂ ਏਦਾਂ ਨਾ ਕਰੋ ਮਰੇ ਨਾਲ। ਅੱਛਾ ਜੀ ਉਹ ਮੁੜ ਕੇ ਜਦੋਂ ਨਹੀਂ ਹਟੇ ਤੇ ਉਹਨੇ ਫਿਰ ਜਿਹੜੀ ਗੋਲੀ ਚਲਾਤੀ ਗੋਲੀ ਤੂੰ ਕਰ ਹਵਾਈ ਫੈਰ ਚਾਹੀਦਾ ਹੈ ਤੂੰ ਹਵਾਈ ਫੈਰ ਕਰ ਦੇ ਇੱਕ ਦੋ ਆਪੇ ਭੱਜਣਗੇ। ਜੀ ਸਿੱਧੀ ਗੋਲੀ ਤੂੰ ਉਹਦੀ ਮੇਰੇ ਖਿਆਲ ਪੱਟ ਚ ਮਾਰੀ ਇੱਕ ਲੱਤ ਚ ਮਾਰੀ ਮੁੱਠੀ ਗੋਲੀ ਮਾਰੀ ਸਿੱਧੀ ਗੋਲੀ ਮਾਰੀ ਸਾਰੇ ਆਮ ਦਿਖਾਈ ਦੇ ਰਿਹਾ ਸਾਰਾ ਜਿਹੜਾ ਵਾ ਉਹ ਆਪਣੇ ਜੇ ਉਹ ਵੀਡੀਓ ਚ ਵੇਖਿਆ ਫਿਰ ਮਤਲਬ ਗੈਰ ਜ਼ਿੰਮੇਵਾਰ ਨਾਲ ਕਾਰਵਾਈ ਹੈ। ਵੇਖੋ ਤੁਹਾਡੇ ਕੋਲ ਬਕਾਇਦਾ ਤੌਰ ਤੇ ਜੇ ਲਾਇਸੈਂਸੀ ਹਥਿਆਰ ਹੈ ਨਾ ਜੀ ਤੁਸੀਂ ਆਪਣੇ ਘਰ ਬੈਠੇ ਤੁਹਾਡੇ ਤੇ ਕੋਈ ਘਰ ਆ ਕੇ ਹਮਲਾ ਕਰਦਾ ਸੈਲਫ ਡਿਫੈਂਸ ਵਾਸਤੇ ਤੁਸੀਂ ਬੰਦਾ ਨਹੀਂ ਮਾਰ ਸਕਦੇ ਉਹਨੂੰ ਫੱਟੜ ਕਰ ਸਕਦੇ ਹੋ। ਬਿਲਕੁਲ ਜੀ ਉਵੇਂ ਤੁਹਾਨੂੰ ਬਕਾਇਦਾ ਤੌਰ ਤੇ ਸਾਬਤ ਕਰਨਾ ਪਊ ਵੀ ਮੈਂ ਸੈਲਫ ਡਿਫੈਂਸ ਵਾਸਤੇ ਗੋਲੀ ਚਲਾਈ ਹੈ। ਇੱਥੇ ਇਹੋ ਜਿਹੀ ਕੋਈ ਗੱਲ ਨਹੀਂ ਸੀਗੀ ਵੀ ਜੇ ਤੁਸੀਂ ਦੋ ਤਿੰਨ ਪੁਲਿਸ ਵਾਲੇ ਆ ਤੇ ਇੱਕ ਲੇਡੀ ਆ ਦੋ ਬੰਦੇ ਆ ਤੇ ਤੁਸੀਂ ਉਹਨਾਂ ਨੂੰ ਓਵਰ ਪਾਵਰ ਕਰ ਸਕਦੇ ਹੋ ਜੀ ਲੇਕਿਨ ਉਹਨਾਂ ਨੂੰ ਓਵਰ ਪਾਵਰ ਕਰਨ ਦੀ ਬਜਾਏ ਇਹਨਾਂ ਨੇ ਗੋਲੀ ਚਲਾਤੀ ਤੇ ਉਹਦੇ ਵਾਸਤੇ ਇੱਕ ਕਮੇਟੀ ਬਣਾਤੀ ਉਹਨਾਂ ਨੇ ਤੇ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਇਹਨੇ ਨਜਾਇਜ਼ ਗੋਲੀ ਚਲਾਈ। ਅੱਛਾ ਜੀ ਹਾਲਾਤ ਪੰਜਾਬ ਦੇ ਇਹ ਬਣ ਚੁੱਕੇ ਨੇ ਜੀ ਇਸ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਿਲਕੁਲ ਚਰਮਰਾ ਗਈ। ਬਿਲਕੁਲ ਜੀ ਲੋਕ ਡਰਦੇ ਨੇ ਪੁਲਿਸ ਵਾਲੇ ਡਰਦੇ ਨੇ। ਅਜੇ ਮੈਂ ਕੱਲ ਇੱਕ ਅਖਬਾਰ ਚ ਪੜ੍ਹ ਰਿਹਾ ਸੀ 5 ਨਾਕੇ ਤੋੜ ਕੇ ਇੱਕ ਗੈਂਗ ਚ ਪੁਲਿਸ ਕੋਲ ਭੱਜ ਗਿਆ। ਅੱਛਾ ਜੀ ਕਾਰ ਦੇ ਵਿੱਚ ਬਕਾਇਦਾ ਤੌਰ ਤੇ ਨਾਲ ਇੱਕ ਔਰਤ ਬੈਠੀ ਇੱਕ ਬੱਚਾ ਬੈਠਾ ਉਹਨੇ ਗੋਲੀਆਂ ਚਲੇ 5 ਨਾਕੇ ਜੇ ਤੋੜ ਕੇ ਭੱਜ ਗਿਆ ਤੇ ਫਿਰ ਪੁਲਿਸ ਦੀ ਦੱਸੋ ਕਿੱਥੇ ਆ ਉਹਨਾਂ ਦੀ ਕਾਰਗੁਜ਼ਾਰੀ ਪੁਲਿਸ ਕੀ ਕਰ ਰਹੀ ਹੈ ਉਹ ਪੁਲਿਸ ਕਿੱਥੇ ਜਿਹੜੀ ਕੁਰਬਾਨੀ ਵਾਲੀ ਪੁਲਿਸ ਹੁੰਦੀ ਸੀ ਜੀ ਇਹ ਤਾਂ ਮਤਲਬ ਰੋਟੀਆਂ ਖਾਣੀਆਂ ਤੇ ਤਨਖਾਹਾਂ ਨਹੀਂ ਕਮ ਭਰੇਗਾ ਆਪਣਾ ਜੀ। ਅਜੇ ਪੰਜਾਬ ਦੇ ਵਿੱਚੋਂ ਜਿਹੜਾ ਪਿਛਲੇ ਸਮੇਂ ਚ ਮਾਹੌਲ ਖਰਾਬ ਸੀ ਜਿਹਨੂੰ ਅਸੀਂ ਖਾੜਕੂਆ ਦੀ ਵੀ ਕਹਿ ਲੈਂਦੇ ਅਸੀਂ ਅੱਤਵਾਦ ਵੀ ਕਹਿ ਲੈਂਦੇ ਬਿਲਕੁਲ ਉਹ ਨਾ ਕਿਸੇ CRP ਨੇ ਖਤਮ ਕੀਤਾ ਨਾ BSF ਨੇ ਕੀਤਾ ਜੇ ਉਹਦਾ ਖਾਤਮਾ ਕੀਤਾ ਤੇ ਪੁਲਿਸ ਨੇ ਉਦੋਂ ਕੀਤਾ ਜਦੋਂ ਪੁਲਿਸ ਦੇ ਜੀ ਮਾਰਨੇ ਸ਼ੁਰੂ ਕਰ ਦਿੱਤੇ। ਅੱਛਾ ਜੀ ਮੰਦਭਾਗਾ ਸਮਾਂ ਸੀ ਉਹ ਮੰਦਭਾਗਾ ਸਮਾਂ ਸੀ ਨਹੀਂ ਸਮਾਂ ਦੁਬਾਰਾ ਆਉਣਾ ਚਾਹੀਦਾ। ਬਿਲਕੁਲ ਜੀ ਲੇਕਿਨ ਅੱਜ ਦੀ ਡੇਟ ਦੇ ਵਿੱਚ ਹਰ ਪਰਿਵਾਰ ਜਿਹੜਾ ਹਰ ਆਪਣੇ ਘਰ ਦੇ ਵਿੱਚ ਬੰਦਾ ਬੈਠਾ ਕਿਤੋਂ ਬੱਚੇ ਬਾਹਰ ਕੱਢ ਦੇ ਜਿੱਦਾਂ ਮਰਜ਼ੀ ਹੈ ਯਾਰ ਇੱਥੇ ਗੈਂਗਸਟਰ ਨੇ ਪਤਾ ਕੀ ਕਰ ਦੇਣਾ ਪਤਾ ਹੀ ਕੋਈ ਨੀ ਕਿਸੇ ਨੂੰ ਕਿਹਦੇ ਕੋਲ ਕੀ ਲਈ ਫਿਰਦਾ ਵਾ। ਆਮ ਤੁਸੀਂ ਸੜਕਾਂ ਤੇ ਵੇਖ ਲਓ ਆ ਜਿਹੜੀ ਇੱਕ ਘਟਨਾ ਵਾਪਰੀ ਸੀਗੀ ਬਲਬਕਾਲੇ ਲਾਗੇ ਇੱਥੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ। ਅੱਛਾ ਜੀ ਬਕਾਇਦਾ ਤੌਰ ਤੇ ਇੱਕ ਸਕੂਟਰ ਨਾਲ ਕਾਰ ਮਾੜੀ ਜਿਹੀ ਟੱਚ ਕਰ ਗਈ ਜੀ ਉਹ ਕਾਰ ਟੱਚ ਕਰ ਗਈ ਉਹਨਾਂ ਕਾਰ ਰੋਕੀ ਨੀ ਉਹਨਾਂ ਦੇ ਕਾਰ ਲੈ ਕੇ ਤੇ ਮਗਰੇ ਮਗਰਲੇ ਪਾਸੇ ਮੋਟਰਸਾਈਕਲ ਭਜਾਇਆ ਮੋਟਰਸਾਈਕਲ ਭਰਾ ਕੇ ਕਾਰ ਦੇ ਅਗਲੇ ਪਾਸੇ ਸਾਹਮਣੇ ਸਿੱਧੀਆਂ ਗੋਲੀਆਂ ਮਾਰ ਕੇ ਬੰਦਾ ਮਾਰ ਜੀ ਵਿਆਹ ਤੋਂ ਆ ਰਹੇ ਸੀ
ਉਹ ਭਾਈ ਜੇ ਤੁਹਾਨੂੰ ਇਹ ਗੱਲ ਤੁਸੀਂ ਕਾਰ ਰੋਕ ਲਈ ਪੁਲਿਸ ਨੂੰ ਦੱਸ ਦਿਓ ਪਿਆ ਗੱਲ ਆ ਵੀ ਲੋਕ ਹਥਿਆਰ ਜਿਹੜੇ ਆ ਮੈਂ ਸੋਚਦਾ ਵੀ ਪਿੱਛੋਂ ਆ ਰਹੇ ਨੇ ਬਿਲਕੁਲ ਜੀ ਸਾਡੇ 4 ਲੱਖ ਤੇ 5 ਲੱਖ ਤੋਂ ਹਥਿਆਰ ਉਹਨੇ ਲਾਇਸੈਂਸੀ ਦਿੱਤੇ ਬਾਕੀ ਕਿੱਥੋਂ ਆ ਰਹੇ ਹਰ ਬੰਦਾ ਇੰਝ ਲੱਗਦਾ ਹਰ ਬੰਦਾ ਆਪਣੀ ਜੇਬ ਹਥਿਆਰ ਕਰੀ ਫਿਰਦਾ ਜੀ ਕਿੱਥੇ ਆ ਪੁਲਿਸ ਇਸ ਕਰਕੇ ਉਹ ਘਟਨਾ ਦੀ ਵਾਕਿਆ ਹੀ ਉਹ ਬੰਦੇ ਨੇ ਨਜਾਇਜ਼ ਗੋਲੀ ਚਲਾਈ ਆ ਨਜਾਇਜ਼ ਬੰਦਾ ਫਟੜ ਕੀਤਾ ਉਹਦੇ ਖਿਲਾਫ਼ ਮੁਕੱਦਮਾ ਬਲਵਿੰਦਰ ਸਿੰਘ ਥਾਣੇਦਾਰ ਦੇ ਖਿਲਾਫ਼ ਦਰਜ ਕਰ ਲਿਆ ਜੀ ਹੁਣ ਅਗਲੀ ਕਾਰਵਾਈ ਵੇਖੋ ਜੀ ਗ੍ਰਿਫ਼ਤਾਰੀ ਕਰਦੇ ਇੱਕ ਨੂੰ ਜ਼ਮਾਨਤ ਦਿੰਦੇ ਆ ਕਿ ਉਹ ਮਹਿਕਮੇ ਦਾ ਕੰਮ ਮਹਿਕਮੇ ਵਾਲੇ ਮਹਿਕਮੇ ਦੀ ਮਦਦ ਥੋੜੀ ਬੜੀ ਕਰ ਦਿੰਦੇ ਹੁੰਦੇ ਜੋ ਔਰ ਜੇ ਇਹ ਹਾਈਲਾਈਟ ਨਾ ਹੁੰਦਾ ਸੋਸ਼ਲ ਮੀਡੀਆ ਨਾ ਹੁੰਦਾ ਅੱਜ ਦੀ ਫੁਟੇਜ ਨਾ ਹੁੰਦੀ ਤੇ ਕਈ ਗੱਲਾਂ ਹੋਰ ਬਣਾ ਲਈਆਂ ਪੁਲਿਸ ਨੇ ਵੀ ਨਹੀਂ ਜੀ ਨਿਆ ਕਰਤਾ ਜੀ ਪੁਲਿਸ ਦੇ ਗਲ ਪੈ ਗਿਆ ਜੀ ਪੁਲਿਸ ਦਾ ਗਲ ਘੁੱਟਦਾ ਜੀ ਕਈ ਕੁਛ ਗੱਲਾਂ ਬਣ ਜਾਣੀਆਂ ਸੀ ਲੇਕਿਨ ਸੀਸੀਟੀਵੀ ਕੈਮਰੇ ਕਰਕੇ ਜਿਹੜਾ ਸੀ ਉਹ ਮੁਕੱਦਮਾ ਦਰਜ ਹੋ ਹਾਂਜੀ ਜੀ ਬਿਲਕੁਲ ਜੀ ਸੋ ਅਸੀਂ ਆਸ ਕਰਦੇ ਹਾਂ ਕਿ ਇਸ ਮਸਲੇ ਦੇ ਵਿੱਚ ਜਰੂਰ ਮੈਂ ਤੁਹਾਡੇ ਨਾਲ ਥੋੜੀ ਜੀ ਖਬਰ ਹੋਰ ਸਾਂਝੀ ਕਰਨਾ ਚਾਹੁੰਦਾ ਵੀ ਮੈਨੂੰ ਇੱਕ ਟਿਪਸ ਮਿਲੀ ਸੀ ਵੀ ਭਗਵੰਤ ਮਾਨ ਦੀ ਜਿਹੜੀ ਆ ਕੁਰਸੀ ਖਤਰੇ 'ਚ ਪੈ ਸਕਦੀ ਅੱਛਾ ਜੀ ਸੰਗਰੂਰ ਹਾਲ ਜਿਹੜੀ ਆ ਉਹ ਕੇਜਰੀਵਾਲ ਨੂੰ ਹਜ਼ਮ ਨਹੀਂ ਹੋ ਰਹੀ ਉਹਨੂੰ ਕੇਜਰੀਵਾਲ ਨੂੰ ਪਤਾ ਵੀ ਇਹ ਬਕਾਇਦਾ ਤੌਰ ਤੇ ਜਿਹੜੀ ਆ ਇਹਦਾ ਅਸਰ ਗੁਜਰਾਤ ਦੇ ਉੱਤੇ ਤੇ ਹਿਮਾਚਲ ਤੇ ਪੈਣਾ ਹੀ ਪੈਣਾ ਬਿਲਕੁਲ ਜੀ ਜੀ ਹੁਣ ਜਿਵੇਂ ਤੁਹਾਨੂੰ ਪਤਾ ਸਿਚੁਏਸ਼ਨ ਜਿਹੜੀ ਬਣੀ ਨਾ ਸੇਮ ਉਹੀ ਸਿਚੁਏਸ਼ਨ ਬਣੀ ਹੈ ਜੋ 1997 ਦੇ ਵਿੱਚ ਜਦੋਂ ਬੜੀ ਥੰਮਸ ਆਫ ਮੈਜੋਰਟੀ ਨੇ ਦਿੱਤਾ ਸੀ ਅਕਾਲੀ ਦਲ ਤੇ ਭਾਜਪਾ ਜੀ ਜੀ ਬਿਲਕੁਲ ਜੀ ਤੇ 1998 ਮਈ ਦੇ ਵਿੱਚ ਜਿਹੜੀ ਆਦਮਪੁਰ ਦੀ ਚੋਣ ਹੋਈ ਸੀਗੀ ਬਾਈ ਇਲੈਕਸ਼ਨ ਉਹਦੇ ਵਿੱਚ ਅਕਾਲੀ ਦਲ 5 ਵੋਟਾਂ ਤੇ ਹਾਰ ਗਿਆ ਸੀ ਅੱਛਾ ਜੀ ਉਸ ਟਾਈਮ ਦੇ ਉੱਤੇ ਸਰਦਾਰ ਗੁਰਚਰਨ ਸਿੰਘ ਟੌੜਾ ਨੇ ਇੱਕ ਗੱਲ ਕਹੀ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ 2 ਸੀਟਾਂ ਦੇ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ ਉਹਨਾਂ ਨੂੰ ਚਾਹੀਦਾ ਵੀ ਮੁੱਖ ਮੰਤਰੀ ਦੇ ਨਾਲ ਨਾਲ ਆਪਣੇ ਕਿਸੇ ਵਿਸ਼ਵਾਸ ਪਾਤਰ ਨੂੰ ਅਕਾਲੀ ਦਲ ਦਾ ਐਕਟਿੰਗ ਪ੍ਰਧਾਨ ਬਣਾ ਲੈਣ ਠੀਕ ਹੈ ਜੀ ਉਹ ਜਿਹੜੀ ਸੀ ਇਹਨਾਂ ਦੇ ਬਿਆਨ ਦੇਣ ਦੇ ਨਾਲ ਛੋਟਾ ਜਿਹਾ ਬਿਆਨ ਛੱਪਿਆ ਸੀ ਸ਼ਾਇਦ ਪੰਜਾਬੀ ਟ੍ਰਿਬਿਊਨ ਛੱਪਿਆ ਛੋਟਾ ਜਿਹਾ ਬਿਆਨ ਛੱਪਿਆ ਸੀਗਾ ਠੀਕ ਹੈ ਜੀ ਉਹ ਬਿਆਨ ਇੰਨਾ ਜਿਹੜਾ ਸੀ ਅੱਗ ਬਬੂਲੇ ਹੋਏ ਉਹਦੇ ਤੇ ਅਕਾਲੀ ਦਲ ਦੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਬਲਵਿੰਦਰ ਸਿੰਘ ਭੁੰਦੜ ਤੇ ਸੁਖਦੇਵ ਸਿੰਘ ਢੀਂਡਸਾ ਅੱਛਾ ਜੀ ਇਹਨਾਂ ਨੇ ਬਕਾਇਦਾ ਤੌਰ ਤੇ ਟੌੜੇ ਦੇ ਪਿੱਛੇ ਪੈ ਗਏ ਵੀ ਇਹ ਤੇ ਸਰਕਾਰ ਤੋੜਨ ਵਾਸਤੇ ਜੀ ਤੇ ਅਕਾਲੀ ਦਲ ਤੋੜਨ ਵਾਸਤੇ ਜਿਹਨੇ ਬੇੜਾ ਗਰਕ ਕਰਤਾ ਜੀ ਬੜਾ ਕੁਛ ਕਿਹਾ ਜੀ ਉਹਦੇ ਬਾਰੇ ਚ ਭਾਈ ਰਣਜੀਤ ਸਿੰਘ ਨੇ ਬਿਆਨ ਦਿੱਤੇ ਭਾਈ ਚੁੱਪ ਕਰਕੇ ਬੈਠ ਜੂ ਆਪਣੇ ਘਰ ਇਸ ਵੇਲੇ ਵਿਆਹ ਵਾ ਖਾਲਸੇ ਦਾ 300 ਸਾਲਾ ਮਨਾਉਣਾ ਆਪਾਂ ਰਲ ਮਿਲ ਕੇ ਮਨਾਉਣਾ ਠੀਕ ਹੈ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 3 ਮੀਟਿੰਗਾਂ ਆ ਕੇ ਪਹਿਲੀ ਵਾਰੀ ਹੋਇਆ ਵਾ ਜੀ ਮੁੱਖ ਮੰਤਰੀ ਜਥੇਦਾਰ ਨਾਲ ਕੇ ਮੀਟਿੰਗ ਕੀਤੀ ਸੀ ਉਹਨੇ ਅੱਛਾ ਜੀ ਨਹੀਂ ਤੇ ਸਾਡੇ ਜਥੇਦਾਰ ਉਹ ਵੀ ਜਾ ਕੇ ਰਹੇ ਜਿਹੜੇ ਉਹਨਾਂ ਦੀ ਕੋਠੀ ਦੇ ਬਾਹਰ ਬਰਾਂਡੇ ਚ ਘੇਟਾ ਘੰਟਾ ਬਿੱਠੇ ਰਿਹਾ ਤੇ ਬਾਹਰ ਘੇਟੇ ਬਾਅਦ ਤੁਹਾਨੂੰ ਦੱਸੋ ਜੀ ਜਥੇਦਾਰੀ ਕਿੱਧਰ ਆਏ ਤੁਸੀਂ ਜੀ ਭਾਈ ਰਣਜੀਤ ਸਿੰਘ ਨੂੰ ਆ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪ ਜਨਵਰੀ ਮਿਲੇ ਤੇ ਭਾਈ ਰਣਜੀਤ ਸਿੰਘ ਨੇ ਕਿਹਾ ਜੀ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਆਪਣੇ ਘਰ ਬਕਾਇਦਾ ਤੌਰ ਤੇ ਵਿਆਹ ਵਾ ਖਾਲਸੇ ਦਾ 300 ਸਾਲਾ ਮਨਾ ਰਹੇ ਹਾਂ ਤੁਸੀਂ ਉਦੋਂ ਬਾਅਦ ਜੋ ਮਰਜ਼ੀ ਕਰ ਲਿਓ ਤੁਸੀਂ ਟੋੜੇ ਨੂੰ ਮਾਰਦੇ ਟੋੜੇ ਤੁਹਾਨੂੰ ਮਾਰਦੇ ਜਦ ਚੁੱਪ ਕਰ ਕੋਈ ਬਵਾਲ ਨਾ ਖੜੀ ਕਰੋ ਲੇਕਿਨ ਇੱਥੇ ਹਾਂ ਕਰ ਜਾਂਦੇ ਸੀ ਤੇ ਜਾ ਕੇ ਚੰਡੀਗੜ੍ਹ ਮੁੱਕਰ ਜਾਂਦੇ ਸੀ ਤੋਂ ਭੁੰਦੜ ਸਾਹਿਬ ਤੇ ਢੀਂਡਸਾ ਸਾਹਿਬ ਕਹਿੰਦੇ ਨਹੀਂ ਬਿੱਲਾ ਕਾਬੂ ਆਇਆ ਹੁਣ ਮਾਰ ਦੇਣਾ ਇਹਨੂੰ ਆਪਾਂ ਜੀ ਉਹਦੇ ਵਿੱਚ 4th ਮੀਟਿੰਗ ਕਰਨ ਤੋਂ ਭਾਈ ਰਣਜੀਤ ਸਿੰਘ ਫਿਰ ਇਨਕਾਰ ਕਰਤਾ ਸੀ ਉਹਨੇ ਕਿਹਾ ਜੋ ਕਰਨਾ ਕਰ ਲਓ ਹੁਣ ਮੈਂ ਆਪਣੀ ਕਾਰਵਾਈ ਤੁਸੀਂ ਆਪਣੀ ਕਰੋ ਤੇ ਉਹਨੇ ਫਿਰ 31 ਦਸੰਬਰ 1998 ਨੇ ਇੱਕ ਹੁਕਮਨਾਮਾ ਏਕ ਦਲ ਜਾਰੀ ਕਰ ਦਿੱਤਾ ਸੀ ਜਿਹੜਾ ਟੌੜੇ ਲਈ ਸ਼ਰਾਬ ਸਿੱਧ ਹੋਇਆ ਤੇ ਭਾਈ ਰਣਜੀਤ ਸਿੰਘ ਸ਼ਰਾਬ ਸਿੱਧ ਹੋਇਆ ਅੱਛਾ ਜੀ ਸਿਰਫ ਉਸੇ ਪੈਟਰਨ ਦੇ ਉੱਤੇ ਹੁਣ ਜਿਹੜੇ ਸਾਡੇ ਭਗਵੰਤ ਸਿੰਘ ਮਾਨ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਜੀ ਉਹਨਾਂ ਕੋਲੇ 2 ਅਹੁਦੇ ਨੇ ਇੱਕ ਮੁੱਖ ਮੰਤਰੀ ਦਾ ਅਹੁਦਾ ਇੱਕ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਬਿਲਕੁਲ ਜੀ ਹੈਗਾ ਜੀ ਹੁਣ ਉਹਨਾਂ ਦੇ ਕੋਲੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਕਿਸੇ ਵੇਲੇ ਵੀ ਖੁੱਲ ਸਕਦਾ ਤੇ ਉਹ ਤਲਾਸ਼ ਕਰ ਰਹੇ ਆ ਵੀ ਜਿਹੜਾ ਪੰਜਾਬ ਦੀ ਕਮਾਂਡ ਨੂੰ ਆਮ ਆਦਮੀ ਪਾਰਟੀ ਨੂੰ ਸਹੀ ਤਰੀਕੇ ਨਾਲ ਸੰਭਾਲ ਸਕੇ ਠੀਕ ਹੈ ਜੀ ਠੀਕ ਆ ਜੀ ਜਿਹੜੀ ਆ ਜਿਹੜੀ ਸੱਤਾ ਵਾ ਇੱਕ ਜਗ੍ਹਾ ਕੇਂਦਰਿਤ ਕਰੋਗੇ ਤੇ ਉਹਦੇ ਸਿੱਟੇ ਹੋਰ ਨਿਕਲਣਗੇ ਜੇ ਇਹ ਵੰਡ ਕੇ ਕਰੋਗੇ ਤੇ ਸਿੱਟੇ ਕੋਈ ਹੋਰ ਨਿਕਲਣਗੇ ਜੀ ਹੁਣ ਵੇਖੋ ਇਹ ਜਿਹੜੇ ਸਟਾਰ ਨੇ ਪ੍ਰਧਾਨਗੀ ਦੇ ਉਹ ਕਿਹਨੂੰ ਲੱਗਦੇ ਨੇ ਬਿਲਕੁਲ ਇੰਝ ਲੱਗਦਾ ਵੀ ਇੱਕ ਸੀਟ ਉਹਨਾਂ ਦੀ ਖੁੱਸ ਜਾਣੀ ਹੈ ਜੀ 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 ਬਿਲਕੁਲ ਜੀ ਵੈਸੇ ਵੀ ਆਪਾਂ ਜੇ ਆਪਾਂ ਬਾਕੀ ਪਾਰਟੀਆਂ ਵੱਲ ਧਿਆਨ ਮਾਰੀਏ ਤਾਂ ਉਹਨਾਂ ਦੇ ਵਿੱਚ ਜ਼ਿਆਦਾਤਰ ਤਾਂ ਇਹੀ ਰੂਲ ਹੈ ਕਿ ਇੱਕ ਸਮੇਂ ਦੇ ਉੱਤੇ ਇੱਕ ਅਹੁਦਾ ਹੀ ਦਿੰਦੇ ਆ ਜੇ ਕੋਈ ਸੰਵਿਧਾਨਕ ਅਹੁਦਾ ਮਿਲ ਜਾਂਦਾ ਤਾਂ ਫਿਰ ਪ੍ਰਧਾਨਗੀਆਂ ਅਕਸਰ ਕਿਸੇ ਹੋਰ ਸਾਡੇ ਨਾਲ ਜਸਪ੍ਰੀਤੀ ਵੇਖੋ ਜੀ ਕੈਪਟਨ ਦਾ ਸਾਡੀ ਕਾਂਗਰਸ ਦਾ ਕਲਚਰ ਇਹ ਨਹੀਂ ਗਾ ਅੱਛਾ ਜੀ ਉਹ ਪਿੱਛੇ ਜੇ ਬਦਲਿਆ ਨਾ ਪਹਿਲਾਂ ਬਕਾਇਦਾ ਤੌਰ ਤੇ ਸਰਦਾਰ ਬੇਅੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਨਾਲ ਉਹ ਕਾਂਗਰਸ ਦਾ ਪ੍ਰਧਾਨ ਵੀ ਸੀ
ਅੱਛਾ ਜੀ। ਉਸ ਤੋਂ ਪਹਿਲਾਂ ਦਰਬਾਰਾ ਸਾਹਿਬ ਦਾ ਲੈ ਲਓ ਜਿਹੜੇ ਏਦਾਂ ਹੀ ਰਹੇ ਨੇ, ਲੇਕਿਨ ਉਸ ਤੋਂ ਬਾਅਦ ਇਹਨਾਂ 2007 ਤੱਕ ਜਿਹਨ ਕੀਤਾ ਸੀ ਵਨ ਮੈਨ ਵਨ ਪੋਸਟ। ਠੀਕ ਹੈ ਜੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤੇ ਇਹ ਹਰਵਿੰਦਰਪਾਲ ਸਿੰਘ ਜਿਹੜੇ ਨਾਮਧਾਰੀ ਸੀ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ ਜੀ। ਉਦੋਂ ਬਾਅਦ ਚੇਂਜ ਕੀਤਾ, ਪਹਿਲਾਂ ਏਦਾਂ ਹੀ ਚੱਲਦਾ ਸੀ, ਚਾਹੀਦਾ ਇਹ ਆ ਵਨ ਮੈਨ ਵਨ ਪੋਸਟ। ਏਦਾਂ ਕਰੋ, ਇੱਕ ਤੇ ਆਦਮੀ ਤੁਹਾਡੇ ਐਡਜਸਟ ਹੋ ਜਾਣਗੇ, ਇੱਕ ਦੋ ਬੰਦਿਆਂ ਦੇ ਦੋ ਦਿਮਾਗ ਹੋ ਜਾਂਦੇ, ਇੱਕ ਬੰਦੇ ਦਾ ਇੱਕ ਦਿਮਾਗ ਹੁੰਦਾ। ਬਿਲਕੁਲ ਜੀ ਜੀ ਨਹੀਂ ਬਿਲਕੁਲ ਜੀ। ਸੋ ਇਹ ਤਾਂ ਗੱਲ ਹੋਈ ਜੀ ਰਾਜਨੀਤੀ ਬਾਰੇ, ਅਤੇ ਰਾਜਨੀਤੀ ਦੀ ਗੱਲ ਕਰੀਏ ਤਾਂ ਇੱਕ ਹੋਰ ਆਪਣੇ ਕੋਲ ਬਹੁਤ ਅਹਿਮ ਖਬਰ ਹੈ ਜੀ, ਕਿਉਂਕਿ ਦੋ ਸਾਬਕਾ ਮੰਤਰੀ ਨੇ ਜੀ ਜਿਹੜੇ ਵੱਡੇ ਬੜੇ ਵੱਡੇ ਮੰਤਰੀ ਨੇ, ਚਰਚਿਤ ਮੰਤਰੀ ਨੇ, ਉਹਨਾਂ ਦੇ ਨਿਆਇਕ ਹਿਰਾਸਤ ਦੇ ਵਿੱਚ ਹੋ ਗਿਆ ਵਾਧਾ। ਉਹ ਨਾਮ ਹੈ ਜੀ ਮਜੀਠੀਆ ਸਾਹਿਬ ਦਾ ਅਤੇ ਧਰਮਸੋਤ, ਸੋ ਦੋਨਾਂ ਦਾ ਜਿਹੜਾ ਹੈ ਨਿਆਇਕ ਹਿਰਾਸਤ ਵਧੀਆ ਕੀ ਹੈ ਜੀ ਖਬਰ? ਮਹਾਰਾਜ ਜੀ ਬੀਬੀ ਜੀ ਮਾਸਟਰ ਜੀ ਭੈਣ ਜੀ ਉਹ ਇੱਕ ਗਰੀਬ ਸਾਧੂ ਆ ਤੇ ਲੱਕੜਾ ਵਿੱਚ ਗੁਜ਼ਾਰਾ ਕਰਦਾ ਜੀ। ਠੀਕ ਹੈ ਨਾ ਜੀ? ਬਿਲਕੁਲ ਜੀ। ਧਰਮਸੋਤ ਹੋਰੀ ਰੋਪੜ ਦੀ ਜੇਲ੍ਹ ਦੇ ਵਿੱਚ ਤੇ ਮਜੀਠੀਆ ਸਾਹਿਬ ਤੇ ਬਕਾਇਦਾ ਤੌਰ ਤੇ ਸਾਡੇ ਮਾਨਯੋਗ ਜਿਹੜੇ ਨੇ ਸਿੱਧੂ ਸਾਹਿਬ ਉਹ ਪਟਿਆਲਾ ਜੇਲ੍ਹ ਚ ਨੇ। ਬਿਲਕੁਲ ਜੀ। ਮਜੀਠੀਆ ਸਾਹਿਬ ਨਾਲ ਅਕਸਰ ਜਿਹੜੇ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੀ ਭੈਣ ਸਰਬਜੀਤ ਹਰਸਿਮਰਤ ਕੌਰ ਬਾਦਲ ਉਹਨਾਂ ਨਾਲ ਮੁਲਾਕਾਤ ਕਰਦੇ ਰਹਿੰਦੇ ਨੇ ਜੀ। ਕੋਈ ਹੋਰ ਲੀਡਰ ਵੀ ਵੇਲੇ ਕੋਲੇ ਚਲ ਜਾਂਦਾ ਵਾ। ਸਿੱਧੂ ਜਿਹੜੇ ਸਿੱਧੂ ਸਾਹਿਬ ਨੇ ਸਾਡੇ ਨਵਜੋਤ ਸਿੰਘ ਸਿੱਧੂ ਉਹਨਾਂ ਨਾਲ ਜਿਹੜੇ ਕਾਂਗਰਸੀ ਲੀਡਰ ਅਕਸਰ ਮੁਲਾਕਾਤ ਕਰਦੇ ਰਹਿੰਦੇ ਨੇ, ਜਿਹਨਾਂ ਦੇ ਵਿੱਚ ਤੁਸੀਂ ਵੇਖੋ ਮਨੀਸ਼ ਤਿਵਾੜੀ ਕੱਲ ਮਿਲ ਕੇ ਆਏ ਨੇ। ਬਿਲਕੁਲ ਜੀ। ਉਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਵੀ ਮਿਲ ਕੇ ਆਏ ਨੇ ਤੇ ਉਸ ਤੋਂ ਪਹਿਲਾਂ ਤੁਹਾਡੇ ਸੁਖਪਾਲ ਸਿੰਘ ਖਹਿਰਾ ਵੀ ਮਿਲ ਕੇ ਆਏ ਨੇ ਜੀ। ਔਰ ਜੇ ਇਹਨਾਂ ਦੇ ਸਖਾਵੇਂ ਸੰਬੰਧ ਹੁੰਦੇ, ਹੁਣ ਸਖਾਵੇਂ ਸੰਬੰਧ ਨਹੀਂ ਰਹੇ ਅੱਜ ਤੱਕ, ਜਿਹੜੀ ਸਾਡੀ ਬੀਬੀ ਪ੍ਰਿੰਕਾ ਗਾਂਧੀ ਆ ਜੀ, ਜੇ ਸਖਾਵੇਂ ਸੰਬੰਧ ਹੁੰਦੇ ਤੇ ਉਹ ਵੀ ਜ਼ਰੂਰ ਆ ਕੇ ਜੇਲ੍ਹ ਚ ਮਿਲ ਕੇ ਜਾਂਦੀ। ਠੀਕ ਹੈ ਜੀ। ਹੁਣ ਅਗਲੀ ਗੱਲ ਕਰਦੇ ਧਰਮਸੋਤ ਹੋਰੀ ਜੀ। ਧਰਮਸੋਤ ਹੋਰੀ ਜੇਲ੍ਹ ਚ ਗਏ, ਇੱਕ ਵੀ ਲੀਡਰ ਉਹਨਾਂ ਨੂੰ ਮਿਲਣ ਵਾਸਤੇ ਜੇਲ੍ਹ ਦੇ ਵਿੱਚ ਨਹੀਂ ਗਿਆ ਜੀ, ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਸੀ ਤੇ ਉਹਦੀ ਸਰਕਾਰ ਵਾਲੇ ਮਿਨਿਸਟਰਾਂ ਨੂੰ ਸਲਭ ਕਰਦੇ ਸੀ। ਬਿਲਕੁਲ ਜੀ। ਜੇ ਸਲਭ ਕਰਦੇ ਸੀ ਭਾਈ ਭੁਗਤੋਲ ਜੀ, ਚਾਹੀਦਾ ਇਹ ਪੋਲੀਟੀਕਲ ਲੀਡਰ ਮਾਸਟਰ ਜਗੀਰ ਸਿੰਘ ਵਰਗਾ ਹੋਵੇ। ਠੀਕ ਹੈ, ਮੂੰਹ ਤੇ ਗੱਲ ਕਰ ਗਿਆ ਹੱਸ ਕੇ ਟਾਲਤਾ, ਠੀਕ ਹੈ ਜੀ, ਤੇ ਮੁੜ ਕੇ ਜੋ ਮਰਜ਼ੀ ਕਰ ਲਓ ਤੁਸੀਂ ਜੀ। ਇਸ ਕਰਕੇ ਇਹਨਾਂ ਦੀ ਜਿਹੜੀ ਨਿਆਇਕ ਹਿਰਾਸਤ ਦੋਵਾਂ ਜਾਣਿਆਂ ਦੀ 11 ਜੁਲਾਈ ਤੱਕ ਜਿਹੜੀ ਵਧਾ ਦਿੱਤੀ ਗਈ ਹੈ। ਮਜੀਠੇ ਸਾਹਿਬ ਵੀ ਵਧਾ ਦਿੱਤੀ, ਇੱਕ ਧਰਮਸੋਤ ਵੀ ਵਧਾ ਦਿੱਤੀ, ਨਾਲ ਇਹਨਾਂ ਦੇ ਇੱਕ ਜਿਹੜਾ ਕਵਲਜੀਤ ਸਿੰਘ ਪੱਤਰਕਾਰ ਸੀਗਾ ਇੱਕ ਅਖਬਾਰ ਦਾ, ਉਹ ਇੱਕ ਚਮਕੌਰ ਸੀ। ਠੀਕ ਹੈ ਜੀ। ਇਹਨਾਂ ਸਾਰਿਆਂ ਦੀ ਨਿਆਇਕ ਹਿਰਾਸਤ ਜਿਹੜੀ ਆ 11 ਜੁਲਾਈ ਤੱਕ ਅੱਜ ਵਧਾ ਦਿੱਤੀ ਗਈ ਤੇ ਹੁਣ ਅਗਲੀ ਪੇਸ਼ੀ ਇਹਨਾਂ ਦੀ 11 ਜੁਲਾਈ ਨੂੰ ਹੋਊਗੀ। ਮਜੀਠੀਆ ਸਾਹਿਬ ਦੀ ਬੇਲ ਦਾ ਫੈਸਲਾ ਅਜੇ ਤੱਕ ਹਾਈਕੋਰਟ ਨੇ ਰਾਖਵਾਂ ਰੱਖਿਆ, ਹਾਲੀ ਕਿ ਸੁਪਰੀਮ ਕੋਰਟ ਨੇ ਇੱਕ ਕੇਸ ਵਿੱਚ ਟਿੱਪਣੀ ਵੀ ਕੀਤੀ ਸੀ ਜੀ ਕਿ ਤੁਸੀਂ ਸਾਲ ਸਾਲ ਇਹ ਰਾਖਵੇਂ ਫੈਸਲੇ ਕਿਉਂ ਰੱਖ ਛੱਡਦੇ ਹੋ ਜੀ, ਲੇਕਿਨ ਅਜੇ ਤੱਕ ਹਾਈਕੋਰਟ ਨੇ ਇਹਦਾ ਫੈਸਲਾ ਨਹੀਂ ਦਿੱਤਾ। ਹਾਈਕੋਰਟ ਕੀ ਉਡੀਕ ਕਰ ਰਹੀ ਇਹ ਨਹੀਂ ਪਤਾ, ਲੇਕਿਨ ਮਜੀਠੀਆ ਸਾਹਿਬ ਨੂੰ ਇਹ ਆਸ ਨਹੀਂ ਸੀ ਕਿ ਇੰਨੀ ਲੰਮੀ ਮੇਰੀ ਜੇਲ੍ਹ ਯਾਤਰਾ ਹੋ ਜਾਏਗੀ ਜੀ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਕਰ ਲਈਏ। ਬਿਲਕੁਲ ਜੀ। ਚਰਚਾ ਇਹ ਆ ਵੀ ਨਵਜੋਤ ਸਿੰਘ ਸਿੱਧੂ ਨੇ ਜਦੋਂ ਕੋਈ ਸਰਕਾਰ ਨਵੀਂ ਬਣਦੀ ਹੈ ਉਹ 15 ਅਗਸਤ ਤੇ 26 ਜਨਵਰੀ ਤੇ ਸਿਰਫ ਮਾਫ਼ੀ ਦਿੰਦੀ ਹੈ। ਅੱਛਾ ਜੀ। ਜੇ ਇਹਨਾਂ ਨੂੰ 2-4 ਮਹੀਨੇ ਮਾਫ਼ੀ ਮਿਲ ਗਈ ਤੇ ਫਿਰ ਉਮੀਦ ਆ ਵੀ 15 ਅਗਸਤ ਜਾਂ ਉਦੋਂ ਮਹੀਨੇ ਬਾਅਦ ਉਹਨਾਂ ਦੀ ਉੱਥੋਂ ਛੁਟਕਾਰਾ ਹੋ ਜਾਊਗਾ ਤੇ ਉਹ ਬਾਹਰ ਆ ਸਕਦੇ ਜੀ। ਇਹ ਤਾਂ ਵਾਕਈ ਬਹੁਤ ਵੱਡੀ ਗੱਲ ਹੋਏਗੀ ਜੀ। ਚਰਚਾ ਚੱਲ ਰਹੀ ਹੈ ਵੀ ਸ਼ਾਇਦ ਉਹ ਬਾਹਰ ਆ ਜਾਂਦੇ, ਕਿ ਮਜੀਠੀਆ ਸਾਹਿਬ ਨਹੀਂ ਆ ਸਕਦੇ ਕਿ ਉਹ ਹਵਾਲਾਤੀ ਨੇ, ਅਜੇ ਉਹਨੂੰ ਸਜ਼ਾ ਦੀ ਕਿਸੇ ਕੇਸ ਚੀਜ਼ ਹੋਈ ਜੀ। ਇਹਨਾਂ ਨੂੰ ਸਜ਼ਾ ਹੋਈ, ਸਜ਼ਾ ਦੀ ਮਾਫ਼ੀ ਮਿਲ ਸਕਦੀ ਆ। ਹਾਂਜੀ। ਜਿਹੜੀ ਹਵਾਲਾਤੀ ਦੀ ਮਾਫ਼ੀ ਕੋਈ ਨਹੀਂ, ਉਹ ਤੇ ਕੋਰਟ ਏ ਡਿਸਾਈਡ ਕਰਨਾ ਜੀ। ਬਿਲਕੁਲ ਜੀ ਜੀ। ਅਤੇ ਇਹ ਤਾਂ ਜੀ ਗੱਲ ਹੋਈ ਸਾਬਕਾ ਮੰਤਰੀਆਂ ਦੀ, ਅਤੇ ਜਿਹੜੇ ਕਿ ਇਸ ਵਕਤ ਜੇਲ੍ਹਾਂ ਦੇ ਵਿੱਚ ਬੈਠੇ ਨੇ। ਹੁਣ ਆਪਾਂ ਮੌਜੂਦਾ ਮੰਤਰੀਆਂ ਮੌਜੂਦਾ ਵਿਧਾਇਕਾਂ ਦੀ ਵੀ ਗੱਲ ਕਰ ਲਈਏ ਜੀ, ਜਿਹੜੇ ਸਾਂਝੇ ਤੌਰ ਉੱਤੇ ਇਕੱਠੇ ਬੈਠਦੇ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ। ਉੱਥੇ ਬੈਠ ਕੇ ਇਸ ਵਾਰ ਬਜਟ ਇਜਲਾਸ ਸੀਗਾ, ਬਜਟ ਪੇਸ਼ ਹੋ ਗਿਆ, ਬਜਟ ਤੋਂ ਬਾਅਦ ਹੁਣ ਹੋਣੀ ਸੀ ਬਹਿਸ, ਪਰ ਮੁੱਦੇ ਤੋਂ ਭਟਕ ਗਏ ਕਿਉਂਕਿ ਮੁਖਤਾਰ ਅੰਸਾਰੀ ਅਤੇ ਲਾਰੈਂਸ ਬਿਸ਼ਨੋਈ ਇਹ ਮੁੱਦਾ ਜਿਹੜਾ ਇਹ ਜ਼ਿਆਦਾ ਭਾਰੀ ਰਹਿ ਗਿਆ, ਇਹ ਵਾਰ ਵਾਰ ਜਿਹੜਾ ਛਿੜਦਾ ਰਿਹਾ। ਸੋ ਕੀ ਹੈ ਜੀ ਇਹ ਮਸਲਾ? ਅੱਜ ਬਕਾਇਦਾ ਤੌਰ ਤੇ ਹਰਜੋਤ ਸਿੰਘ ਬਹਿਸ, ਮੁੰਡੇ ਨਵੇਂ ਆਏ ਆ ਜੀ, ਨਾ ਤੇ ਬਹੁਤਾ ਇਹਨਾਂ ਨਿਯਮ ਪੜ੍ਹੇ ਆ, ਨਾ ਨਿਯਮਾਂ ਦਾ ਪਤਾ, ਨਾ ਮਰਿਆਦਾ ਦਾ ਪਤਾ। ਠੀਕ ਹੈ ਜੀ।
ਇਹ ਕਹਿੰਦੇ ਜੋ ਅਸੀਂ ਕਰ ਰਹੇ ਅਸੀਂ ਠੀਕ ਕਰ ਰਹੇ ਬਿਸ਼ਮੁਰ ਬੈਂਸ ਸਾਹਿਬ ਤੁਸੀਂ ਜੇਲ੍ਹ ਮੰਤਰੀ ਹੋ ਜੇਲ੍ਹ ਮੰਤਰੀ ਜੀ ਕੀ ਅੱਜ ਜੇਲ੍ਹਾਂ 'ਚ ਸੁਖਾਵਾਂ ਮਾਹੌਲ ਆ ਅੱਜ ਉੱਥੋਂ ਮੋਬਾਈਲ ਨਹੀਂ ਫੜੇ ਜਾਂਦੇ ਬਿਲਕੁਲ ਅੱਜ ਉੱਥੇ ਗੈਂਗਵਾਰ ਨਹੀਂ ਹੁੰਦੀਆਂ ਅੰਦਰ ਲੜਾਈਆਂ ਨਹੀਂ ਹੁੰਦੀਆਂ ਅੰਦਰੋਂ ਫੌਤੀ ਨਹੀਂ ਲਈ ਜਾ ਰਹੀ ਕਿਹਦੇ ਲਿਆ ਜਾ ਰਿਹਾ ਇਹ ਜਸਪ੍ਰੀਤ ਜੀ ਜਿੱਦਾਂ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਚੱਲ ਰਿਹਾ ਵਾ ਜੀ ਲੇਕਿਨ ਇਹਨਾਂ ਨੇ ਅੱਜ ਜਦੋਂ ਬਹਿਸ ਹੋ ਰਹੀ ਸੀ ਬਕਾਇਦਾ ਤੌਰ ਤੇ ਸਾਡੇ ਬਜਟ ਦੇ ਉੱਤੇ ਬਹਿਸ ਕਰੋ ਵੀ ਇਹਦੇ ਵਿੱਚ ਘਾਟਾ ਕੀ ਆ ਵਾਧਾ ਕੀ ਆ ਕੀ ਹੋ ਚਾਹੀਦਾ ਕੀ ਨਹੀਂ ਚਾਹੀਦਾ ਜੀ ਤੇ ਇਹ ਸਾਡੇ ਜੇਲ੍ਹ ਮੰਤਰੀ ਸਾਹਿਬ ਉੱਠ ਕੇ ਖਲੋ ਗਏ ਕਹਿੰਦੇ ਜੀ ਪਹਿਲੀ ਗੱਲ ਤੇ ਆ 20 ਸਾਲਾਂ ਦੇ ਵਿੱਚ 40,000 ਕਰੋੜ ਦੀ ਮਾਈਨਿੰਗ ਸਰਕਾਰਾਂ ਨੇ ਕੀਤੀ ਅੱਛਾ ਜੀ ਮੈਂ ਸੋਚਦਾ ਵੀ ਮਹਾਰਾਜ ਤੁਹਾਨੂੰ ਸ਼ਾਇਦ ਪਤਾ ਹੀ ਨਹੀਂ ਸੀ ਆਪਣੇ ਬੌਸ ਨੂੰ ਪੁੱਛ ਲਓ ਜੀ ਉਹ ਕਹਿੰਦਾ ਵੀ 20,000 ਕਰੋੜ ਦੀ ਹਰ ਸਾਲ ਹੁੰਦੀ ਤੇ ਉਸ ਹਿਸਾਬ ਨਾਲ ਕਿੰਨੇ ਕਰੋੜ ਦੀ ਮੰਨਦੀ ਤੁਸੀਂ ਆਪ ਅੰਦਾਜ਼ਾ ਕੱਢ ਲਓ ਆਪਣੇ ਬੌਸ ਨੂੰ ਪੁੱਛੋ ਕੇਜਰੀਵਾਲ ਜੀ ਤੁਸੀਂ ਹੁਣ 40,000 ਕਰੋੜ ਦੀ ਕਹਿਣ ਦਿਓ ਚਲੋ ਮਾਈਨਿੰਗ ਦਾ ਕੰਮ ਛੱਡ ਦਿਓ ਉਹਦੇ ਤੇ ਸਾਰੇ ਕਟਾਰੂ ਚੱਕ ਹੋ ਰਹੀ ਸੀ ਬੜਾ ਕੁਛ ਕਿਹਾ ਉਹਨਾਂ ਜੀ ਮੇਰਾ ਇਲਾਕਾ ਪੈਂਦਾ ਜੀ ਭੂਆ ਜੀ ਜਗਿੰਦਰਪਾਲ ਨੂੰ ਫੜ ਕੇ ਅੰਦਰ ਦੇ ਦਿੱਤਾ ਜੀ ਉਹਨੇ ਬੜਾ ਕੁਛ ਕਰਤਾ ਜੀ ਉੱਥੇ ਟਰੱਕ ਚੱਲਦੇ ਜੀ ਭਾਈ ਹੋਰ ਲੋਕਾਂ ਨੇ ਟੋਕਰੀ ਚ ਪੱਕੇ ਖੜ ਨਹੀਂ ਰਹੇ ਟਰੱਕਾਂ ਤੇ ਜਾਣੀ ਹੈ ਜੀ ਪਤਾ ਨਹੀਂ ਜਿਹੜੇ ਲੀਡਰ ਅੰਦਰੇ ਬੈਠੇ ਹੋ ਕਿਉਂ ਨਹੀਂ ਸੋਚਦੇ ਵੀ ਅਸੀਂ ਗੱਲ ਕਰਨੇ ਚਲੋ ਨਾਪ ਤੋੜ ਲਈਏ ਤੁਸੀਂ ਗੱਲ ਕੀ ਕਰਨ ਲੱਗੇ ਹੋ ਜੀ ਅਗਲੀ ਗੱਲ ਉਹਨਾਂ ਕਹੀ ਵੀ ਮੁਖਤਾਰ ਅੰਸਾਰੀ ਨੂੰ ਬਕਾਇਦਾ ਤੌਰ ਤੇ ਮਹਿਮਾਨ ਬਣਾ ਕੇ ਜਿਹੜਾ ਸੀ ਜੇਲ੍ਹ 'ਚ ਰੱਖਿਆ ਗਿਆ ਅੱਛਾ ਜੀ ਇੱਕ ਛੋਟੇ ਜਿਹੇ ਕੇਸ ਲਿਆ ਕੇ ਉਹਨੂੰ ਰੱਖਿਆ ਗਿਆ ਰੱਖ ਕੇ ਮੁੜ ਕੇ ਜਿਹੜੀ ਸੀ ਯੂਪੀ ਸਰਕਾਰ ਜ਼ੋਰ ਲਾ ਕੇ ਮਰ ਗਈ ਇਹਨਾਂ ਨੇ 2 ਸਾਲ ਉਹਦੀ ਪੇਸ਼ ਨਹੀਂ ਜਾਣ ਦਿੱਤੀ ਨਹੀਂ ਦਿੱਤਾ ਆਖਿਰਕਾਰ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਦਿੱਤਾ ਗਿਆ ਜੀ ਹੁਣ ਉਹ ਕਹਿੰਦੇ ਵੀ ਰੰਧਾਵਾ ਸਾਹਿਬ ਬੈਠੇ ਇੱਥੇ ਜੇਲ੍ਹ ਮੰਤਰੀ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀਗੇ ਜਦੋਂ ਇਹ ਘਟਨਾ ਵਾਪਰੀ ਜਿਹੜਾ ਮੁਖਤਾਰ ਅੰਸਾਰੀ ਸੀ ਉਸ ਨੂੰ ਜਿਸ ਬੈਰਕ ਚ ਰੱਖਿਆ ਗਿਆ ਉੱਥੇ 25 ਕੈਦੀ ਹੋਰ ਰੱਖੇ ਜਾ ਸਕਦੇ ਸੀਗੇ ਅੱਛਾ ਜੀ ਲੇਕਿਨ ਉਹ ਬੈਰਕ ਚ ਕੱਲੇ ਅੰਸਾਰੀ ਨੂੰ ਰੱਖਿਆ ਗਿਆ ਉਹਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਉਹਨੂੰ ਬੈਡ ਦਿੱਤੇ ਗਏ ਉਹਨੂੰ ਗੱਦੇ ਦਿੱਤੇ ਗਏ ਉਹਨੂੰ ਏਸੀ ਦਿੱਤੇ ਗਏ ਉਹਨੂੰ ਸਭ ਕੁਝ ਦਿੱਤੇ ਸਹੂਲਤਾਂ ਦਿੱਤੀਆਂ ਗਈਆਂ ਠੀਕ ਹੈ ਜੀ ਤੇ ਬਕਾਇਦਾ ਤੌਰ ਤੇ ਉਹਨਾਂ ਦੀ ਪਤਨੀ ਉਸ ਬੈਰਕ ਚ ਨਾਲ ਰਹਿੰਦੀ ਸੀ ਅੱਛਾ ਜੀ ਹੁਣ ਜੇ ਇਹ ਗੱਲ ਸੱਚੀ ਆ ਤੇ ਫਿਰ ਤੇ ਪਈ ਸੋਚਦੇ ਆ ਵੀ ਜੋ ਮੁੱਦਾ ਠਾਇਆ ਉਹਨਾਂ ਠੀਕ ਠਾਇਆ ਚੰਗੀ ਗੱਲ ਉਹਦੇ ਤੇ ਬਕਾਇਦਾ ਤੌਰ ਤੇ FIR ਦਰਜ ਕਰਕੇ ਕਾਰਵਾਈ ਕਰੋ ਵੀ ਕਿਹਨੇ ਕੀਤਾ ਜੀ ਉਹਦੇ ਵਿੱਚ ਫਿਰ ਬਾਜਵਾ ਸਾਹਿਬ ਨੇ ਆਪਣੇ ਮੰਤਰੀ ਨੂੰ ਤੇ ਆਪਣੀ ਸਰਕਾਰ ਨੂੰ ਜਿਹੜਾ ਡਿਫੈਂਡ ਕੀਤਾ ਅੱਛਾ ਜੀ ਉਹ ਕਹਿੰਦੇ ਜੀ ਲਾਰੈਂਸ ਤੁਸੀਂ ਇਹਦੀ ਗੱਲ ਕਰਦੇ ਮੁਖਤਾਰ ਅੰਸਾਰੀ ਜੀ ਅਸੀਂ ਤੁਹਾਡੀਆਂ ਗੱਲਾਂ ਦਾ ਸਹਿਮਤ ਨਹੀਂ ਹੈਗਾ ਵਾ ਤੁਸੀਂ ਸਬੂਤ ਦਿਓ ਕੇ ਕਹਿੰਦੇ ਜੀ ਜੇ ਸਬੂਤ ਨਹੀਂ ਹੈਗੇ ਤੇ ਤੁਸੀਂ ਏਦਾਂ ਕਰੋ ਲਾਰੈਂਸ ਬਿਸ਼ਨੋਈ ਜੀ ਨਾਲ ਜੋੜ ਲਿਓ ਵੀ ਤੁਹਾਡੀ ਸਰਕਾਰ ਦਿੱਲੀ ਚ ਕੀ ਕਰ ਰਹੀ ਉੱਥੇ ਨਾਲ ਜਿੱਦਣ ਉਹਨੂੰ ਦਿੱਲੀ ਪੁਲਿਸ ਨੇ ਅਦਾਲਤ ਵਿੱਚ ਰਿਮਾਂਡ ਲੈਣ ਵਾਸਤੇ ਪੇਸ਼ ਕੀਤਾ ਸੀ ਉਦੋਂ ਉਹਨੇ 23,000 ਦੀ ਟੀਸ਼ਰਟ ਪਾਈ ਸੀ 23,000 ਅੱਛਾ ਜੀ ਕੀ ਤੁਸੀਂ ਉਹਨੂੰ ਆਪਣੇ ਜਦੋਂ ਉੱਥੇ ਰੱਖਿਆ ਵਾ ਰਿਮਾਂਡ ਤੇ ਲਿਆ ਵਾ ਉੱਥੇ ਜਵਾਈਆਂ ਵੀ ਤੁਸੀਂ ਰੱਖਿਆ ਤੁਸੀਂ ਜੇ ਗੱਲਾਂ ਕਰਦੇ ਹੋ ਪਹਿਲਾਂ ਆਪਣੀ ਸੀ ਸੁੱਟਾ ਫੇਰੋ ਉਹਨੂੰ ਠੰਡਾ ਕਰਨ ਵਾਸਤੇ ਅਮਨ ਅਰੋੜਾ ਫਿਰ ਉੱਠਿਆ ਅਮਨ ਅਰੋੜੇ ਦੀ ਨਿਗਲ ਕਈ ਵੇਖੋ ਗੱਲ ਸੁਣੋ ਆਪਣਾ ਜਿਹੜਾ ਏਜੰਡਾ ਆਪਾਂ ਏਜੰਡੇ ਤੋਂ ਨਾ ਭਟਕੀ ਏਜੰਡਾ ਆਪਣਾ ਅੱਜ ਬਹਿਸ ਆ ਬਜਟ ਦੇ ਉੱਤੇ ਜੀ ਬਿਲਕੁਲ ਬਜਟ ਦੇ ਉੱਤੇ ਬਹਿਸ ਕਰੋ ਤੁਸੀਂ ਪੁੱਠੇ ਪਾਸੇ ਨਾ ਜਾਓ ਇਹ ਆਪਣੇ ਵਾਸਤੇ ਮਾੜੀ ਗੱਲ ਇਹਦੇ ਉੱਤੇ ਸ਼ਾਇਦ ਸੁਖਪਾਲ ਖਰਾ ਕਿ ਕਿਵੇਂ ਹੋ ਰਹੀ ਉਹਨੇ ਇੰਨੀ ਗੱਲ ਕਹੀ ਵੀ ਭਾਈ ਇਹ ਗੱਲ ਤੁਸੀਂ ਨਾ ਕਰੋ ਜੀ ਬਲ ਠੀਕ ਹੈ ਜੇ 45 ਲੱਖ ਦਾ ਬਿੱਲ ਆਇਆ ਤੇ ਮੈਂ ਸੋਚਦਾ ਫਿਰ ਕਾਂਗਰਸ ਪਾਰਟੀ ਕੋਲ ਕੈਪਟਨ ਅਮਰਿੰਦਰ ਸਿੰਘ ਕੋਲ ਬਿੱਲ ਲੈਣਾ ਚਾਹੀਦਾ ਜੀ 45 ਲੱਖ ਰੁਪਇਆ ਜੇ ਗੁਰੂ ਸਰਕਾਰ ਦੇ ਖਜ਼ਾਨੇ ਤੋਂ ਨਜਾਇਜ਼ ਜਾ ਰਿਹਾ ਤੇ ਲੈਣਾ ਚਾਹੀਦਾ ਬਿੱਲ ਜੀ ਲੇਕਿਨ ਇਹ ਗੱਲ ਸੀ ਇਹ ਪਹਿਲਾਂ ਇਜਾਜ਼ਤ ਲੈਣੀ ਚਾਹੀਦੀ ਸੀ ਚੀਫ ਸਪੀਕਰ ਕੋਲੋਂ ਜੀ ਮੈਂ ਇਹ ਮੁੱਦਾ ਠਾਉਣ ਲੱਗਿਆ ਜੋ ਉਠਾ ਸਕਦਾ ਕਿ ਬਾਅਦ ਸਮਾਂ ਜੀ ਕਿਉਂ ਅਜੇ 1-2 ਦਿਨ ਹੋਰ ਚੱਲਣੀ ਹੈ ਸਾਡਾ ਜਿਹੜਾ ਸੈਸ਼ਨ ਚੱਲ ਵੀ ਬਾਅਦ ਉਠਾ ਸਕਦੇ ਹਾਂ ਲੇਕਿਨ ਬਾਜਵੇ ਨੇ ਆਪਣੀ ਪਾਰਟੀ ਨੂੰ ਤੇ ਆਪਣੇ ਮੰਤਰੀ ਨੂੰ ਪੂਰਾ ਡਿਫੈਂਡ ਕੀਤਾ ਠੀਕ ਹੈ ਜੀ ਜਿਹੜੇ ਸਾਡੇ ਸੁਖੀ ਰੰਧਾਵਾ ਹੋਰੀ ਉਹ ਆਪ ਇੰਨੀ ਗੱਲ ਕਹਿੰਦੇ ਸੀ ਕਿ ਅਸੀਂ ਜਿਹਨਾਂ 'ਚ ਮੋਬਾਈਲ ਬੰਦ ਨਹੀਂ ਕਰ ਸਕਦੇ ਜੀ ਏਜੰਸੀਆਂ ਖੁਦ ਮੋਬਾਈਲ ਸਪਲਾਈ ਕਰਦੀਆਂ ਉਹਨਾਂ ਨੂੰ ਅੱਛਾ ਜੀ ਉਹ ਕਹਿੰਦੀਆਂ ਸਾਨੂੰ ਇਹਨਾਂ ਕੋਲ ਟਿਪਸ ਹੋਰ ਵੀ ਮਿਲ ਜਾਂਦੇ ਕੀ ਟਿਪਸ ਮਿਲ ਜਾਂਦੇ ਕੋਈ ਪਤਾ ਨਹੀਂ ਜੀ ਸਾਨੂੰ ਖਤਰਾ ਇਸ ਚੀਜ਼ ਦਾ ਵਾ ਵੀ ਜਿਸ ਤਰੀਕੇ ਨਾਲ ਉਦੋਂ ਖਾਲਿਸਤਾਨੀ ਮੁੰਡਿਆਂ ਨੂੰ ਵਰਤਿਆ ਗਿਆ ਪਾਕਿਸਤਾਨ ਦੀ IAS ਏਜੰਸੀ ਨੇ ਵਰਤਿਆ ਤੇ ਹੁਣ ਗੈਂਗਸਟਰਾਂ ਨੂੰ ਉਹ ਵਰਤ ਸਕਦੀ ਹੈ ਜੀ ਪੰਜਾਬ ਬਾਰਡਰ ਸਟੇਟ ਆ ਬਚਾ ਲਓ ਜੇ ਬਚਦੀ ਸਾਡੀ ਨੌਜਵਾਨੀ ਤੇ ਬਾਹਰ ਬੜੀ
ਮੁਸਤੈਦੀ ਨਾਲ ਜਾ ਰਹੀ ਹੈ। 2016 ਦੇ ਵਿੱਚ ਸਾਡੇ ਬੱਚੇ ਜਿਹੜੇ ਸੀ ਮੇਰੇ ਖਿਆਲ 38,000 ਗਏ ਸੀ ਤੇ ਮੁੜ ਕੇ 73, ਜਦੋਂ ਚਾਰ ਗੁਣਾ ਵੱਧ ਬੱਚੇ ਜਾ ਰਹੇ ਉਦੋਂ। ਅੱਛਾ ਜੀ। ਹਰ ਸਾਲ ਜਿਹੜੇ ਸਾਡੀ ਪਿਛਲੇ ਜਦੋਂ ਕੋਰੋਨਾ ਪੀਰੀਅਡ ਸੀ ਉਦੋਂ ਵੀ ਸਾਡੇ ਮੇਰੇ ਖਿਆਲ 50,000 ਕੇ ਕਿੰਨੇ ਬੱਚੇ ਜਿਹੜੇ ਸੀ ਵਿਦੇਸ਼ਾਂ ਚ ਗਏ ਸੀ ਪੜ੍ਹਨ ਉੱਥੇ, ਕੋਰੋਨਾ ਕਾਲ ਦੇ ਵਿੱਚ ਵੀ ਗਏ ਸੀ। ਬਿਲਕੁਲ ਜੀ, ਨਾਲੇ ਬਹੁਤ ਜ਼ਿਆਦਾ ਜਿਹੜੀਆਂ ਖਰਚੇ ਵੀ ਬਹੁਤ ਵੱਧ ਗਏ ਸੀ ਉਸ ਸਮੇਂ ਦੌਰਾਨ ਤਾਂ ਜੀ। ਹੁਣ ਅਮਨ ਅਰੋੜੇ ਨੇ ਠੀਕ ਕਿਹਾ, ਬਾਜਵੇ ਨੇ ਵੀ ਠੀਕ ਕਿਹਾ, ਭਾਈ ਜਿਸ ਕੰਮ ਵਾਸਤੇ ਬੈਠੇ ਆਪਾਂ ਉਹ ਕਰ ਲਈਏ, ਇਹ ਕੰਮ ਬਾਅਦ ਵਿੱਚ ਹੋਣਗੇ, ਕੋਈ ਗੱਲ ਨਹੀਂ ਜੀ। ਲੇਕਿਨ ਇਹ ਆ ਵੀ ਜੇ ਮੁਖਤਾਰ ਅੰਸਾਰੀ ਦੇ ਉੱਤੇ ਨਜਾਇਜ਼ ਖਰਚਾ ਕੀਤਾ ਤੇ ਉਹ ਕਾਂਗਰਸ ਪਾਰਟੀ ਜਾਂ ਕੰਸਰਨਡ ਮੰਤਰੀ ਹੈ ਜਾਂ ਮੁੱਖ ਮੰਤਰੀ ਕੋਲੋਂ ਰਿਕਵਰ ਕੀਤਾ ਜਾਣਾ ਚਾਹੀਦਾ ਬਣਦਾ ਹੈ। ਬਿਲਕੁਲ ਜੀ, ਇਹ ਲੋਕਾਂ ਦੀ ਜਿਹੜੀ ਲੋਹ ਪਸੀਨੇ ਦੀ ਕਮਾਈ ਦੇ ਟੈਕਸ ਦਿੱਤੇ ਗਏ ਪੈਸੇ ਦੇ ਜੀ। ਲੇਕਿਨ ਉਹ ਗਲਤ ਜਗ੍ਹਾ ਤੇ ਗਲਤ ਸਮੇਂ ਤੇ ਉਹਨੇ ਮੁੱਦਾ ਉਠਾਇਆ, ਫਿਰ ਉਹ ਸਿੰਘ ਉਡਾਈ ਗਿਆ ਜਦੋਂ ਫਿਰ ਉਹਨੇ ਕਹਿ ਦਿੱਤਾ ਵੀ ਲਾਰੈਂਸ ਬਿਸੋਈ ਦਾ ਕੇਸ ਕਰ ਲਓ, ਫਿਰ ਤੁਸੀਂ ਆ ਜਾਓ ਇੱਧਰ ਦਾ। ਠੀਕ ਹੈ ਜੀ। ਤੇ ਫਿਰ ਵੀ ਭਾਈ ਨੂੰ ਚੁੱਪ ਕੀਤਾ, ਬਿਨਾਂ ਚੁੱਪ ਕਰ ਜਾ ਜੀ, ਚੰਗੀ ਗੱਲ ਸੀ, ਵਧੀਆ। ਅਮਰ ਅਰੋੜੇ ਨੇ ਕਿਹਾ ਪਿਛਲੀ ਗੱਲ ਛੱਡ ਦਿਓ ਭਰਾਓ, ਜੇ ਆਪਾਂ ਗਾਹ ਤਰੱਕੀ ਕਰਨੀ ਇੱਥੇ ਗਾਹ ਵਧਣਾ ਤੇ ਪਿਛਲਾ ਭੁੱਲ ਜਾਓ, ਨਹੀਂ ਭੁੱਲੋਗੇ ਤੇ ਫਿਰ ਆਪਣਾ ਇੱਥੇ ਸਿੰਗੜੇ ਰਹਿਣਗੇ, ਆਪਾਂ ਸੂਬੇ ਵਾਸਤੇ ਕੁਛ ਨਹੀਂ ਕਰ ਸਕਦੇ ਜੀ। ਜੀ ਬਿਲਕੁਲ ਜੀ। ਸੋ ਇਸੇ ਦੌਰਾਨ ਹੁਣ ਆਪਾਂ ਇੱਕ ਅਗਲੀ ਖਬਰ ਵੀ ਲੈ ਲਈਏ ਜੀ, ਜਿਹੜੀ ਬਹੁਤ ਅਹਿਮ ਹੈ, ਜਿਸਨੇ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਵਿੱਚ ਖਿਲਾਰੇ ਦੀ ਜੜ ਬੰਨੀ ਹੋਈ ਆ, ਉਹ ਹੈ ਜੀ ਸੰਗਰੂਰ ਦੀ ਬਾਈ ਇਲੈਕਸ਼ਨ ਦੌਰਾਨ ਹਾਰ। ਸੋ ਇਸ ਹਾਰ ਦੌਰਾਨ ਜਿੱਥੇ ਕਿ ਸਿਮਰਜੀਤ ਸਿੰਘ ਮਾਨ ਜੀ ਜਿੱਤਣ ਦੇ ਵਿੱਚ ਕਾਮਯਾਬ ਹੋਏ ਆ, ਉੱਥੇ ਹੀ ਅਕਾਲੀ ਦਲ ਵੀ ਬਹੁਤ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕੀਤਾ ਗਿਆ ਅਤੇ ਸੁਖਬੀਰ ਬਾਦਲ ਦੇ ਉਹਨੂੰ ਪ੍ਰਧਾਨਗੀ ਤੋਂ ਹਟਾਉਣ ਬਾਰੇ ਵੀ ਜਿਹੜੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸੀ, ਹਾਲਾਂਕਿ ਹੁਣ ਬਲਵਿੰਦਰ ਸਿੰਘ ਭੁੰਦੜ ਜੀ ਨੇ ਇਨਕਾਰ ਕਰ ਦਿੱਤਾ। ਕਿਵੇਂ ਦੇਖਦੇ ਹੋ ਇਸ ਮਸਲੇ ਨੂੰ? ਜਿਹੜੀ ਤੁਸੀਂ ਸੰਗਰੂਰ ਦੀ ਗੱਲ ਕੀਤੀ ਦੀ ਹੈ, ਸੰਗਰੂਰ ਦੇ ਅੱਗੇ ਵਿੱਚ ਜਿਹੜੇ ਸਿਮਰ ਸਿੰਘ ਮਾਨ ਸੰਗਰੂਰ ਦੇ ਸਿਕੰਦਰ ਬਣ ਗਏ ਜੀ। ਇੱਕ ਅਖਬਾਰ ਨੇ ਲਿਖਿਆ ਸੀ ਸਿਮਰ ਸਿੰਘ ਮਾਨ ਬਣੇ ਹਲਕਾ ਸੰਗਰੂਰ ਦੀ ਸ਼ਾਨ। ਅੱਛਾ ਜੀ। ਚਲੋ ਆਪ ਆਪਣਾ ਤਰੀਕਾ ਵੱਖੋ ਖਰਾ ਲਿਖਣ ਦਾ ਹੈਗਾ ਜੀ। ਅੱਜੀ ਲੇਕਿਨ ਸਰਦਾਰ ਸਿਮਰਨ ਸਿੰਘ ਮਾਨ ਦੀ ਜਿੱਤ ਕਈਆਂ ਨੂੰ ਹਜ਼ਮ ਨਹੀਂ ਹੋ ਰਹੀ, ਲੇਕਿਨ ਇਤਿਹਾਸ ਫਰੋਲਣਾ ਪਏਗਾ ਉਹਨਾਂ ਨੂੰ। ਅੱਛਾ ਜੀ। ਸਰਦਾਰ ਸਿਮਰਨ ਸਿੰਘ ਮਾਨ ਜਿਹੜੇ ਸੀ ਉਹ 1900 ਜਿਹੜੀ ਸੀ 99 ਦੇ ਵਿੱਚ ਜਦੋਂ ਜਿੱਤੇ ਨੇ ਜੇਲ੍ਹ ਦੇ ਵਿੱਚ ਬੰਦ ਸੀਗੇ ਜੀ, ਜਿੰਨੀ ਲੰਮੀ ਉਹਨਾਂ ਜੇਲ੍ਹ ਕੱਟੀ ਆ, ਜਿੰਨਾ ਕੁਛ ਉਹਨਾਂ ਨਾਲ ਹੋਇਆ, ਜੋ ਕੁਛ ਵਾਪਰਿਆ ਉਹਨਾਂ ਨਾਲ, ਅੱਛਾ ਜੀ, ਅਨ ਜਿਹੜੇ ਸੀ ਅਨਮਨੁੱਖੀ ਜਿਹੜੇ ਤਸੀਹੇ ਦਿੱਤੇ ਗਏ ਉਹਨਾਂ ਨੂੰ, ਕਈ ਕਿਸਮ ਨਾਲ ਜਿਹੜਾ ਸੀ ਜਜੀਰ ਕੀਤਾ ਗਿਆ ਜੀ, ਉਹਨਾਂ ਨੂੰ ਉਸ ਟਾਈਮ ਤੇ ਅਕਾਲੀ ਦਲ ਵਾਲਾ ਵੀ ਖੁੱਲੇ ਲੜਨ ਲੱਗ ਗਿਆ, ਲੋਕ ਦਲ ਵੀ ਖੁੱਲੇ ਲੜਨ ਲੱਗ ਗਿਆ, ਬਾਕੀ ਪਾਰਟੀਆਂ ਖੁੱਲੇ ਲੜਨ ਲੱਗੀਆਂ ਤੇ ਇਹਨਾਂ ਦੀ ਪਾਰਟੀ ਸੰਯੁਕਤ ਗੱਲ ਦਲ ਜਿੱਤਿਆ ਸੀ। ਅੱਛਾ ਜੀ। ਤਰਨ ਤਾਰਨ ਤੋਂ 99.16% ਵੋਟ ਲੈ ਕੇ ਤੇ 480,417 ਵੋਟਾਂ ਨੇ ਜਿੱਤੇ ਸੀ। ਠੀਕ ਹੈ ਜੀ। ਇੰਨੀਆਂ ਵੋਟਾਂ ਪਈਆਂ ਸੀ ਇਹਨਾਂ ਨੂੰ ਜੀ। ਹੁਣ ਇਹਦੇ ਵਿੱਚ ਜਦੋਂ ਇਹ 2014 ਚ ਇਲੈਕਸ਼ਨ ਲੜਦੇ ਆ ਤੇ ਉਦੋਂ ਤਰਨ ਤਾਰਨ ਤੋਂ 13,990 ਵੋਟਾਂ ਪੈਂਦੀਆਂ ਇਹਨਾਂ ਨੂੰ। ਠੀਕ ਹੈ ਜੀ। ਜਦੋਂ 2019 ਚ ਸੰਗਰੂਰ ਤੋਂ ਇਲੈਕਸ਼ਨ ਲੜਦੇ ਆ ਤੇ ਉਦੋਂ 448,335 ਵੋਟਾਂ ਪੈਂਦੀਆਂ ਨੇ। ਅੱਛਾ ਜੀ। ਸਰਦਾਰ ਸਿਮਰ ਸਿੰਘ ਮਾਨ ਇੱਕ ਵਾਰੀ 1999 ਦੇ ਵਿੱਚ ਜਦੋਂ ਬਣੇ ਨੇ ਸੰਸਦ ਮੈਂਬਰ ਬਣੇ, ਉਦੋਂ ਕਿਰਪਾਨ ਦਾ ਮੁੱਦਾ ਲੈ ਕੇ ਅੜੇ ਰਹੇ ਜੀ, ਬਕਾਇਦਾ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਨੂੰ PGI ਚ ਮਿਲੇ, ਮਾਨ ਸਾਹਿਬ ਤੁਹਾਨੂੰ ਮੁੱਖ ਮੰਤਰੀ ਬਣਾ ਦਿੰਦੇ, ਤੁਸੀਂ ਅੜੀ ਛੱਡ ਦਿਓ, ਸੰਸਦ ਭਵਨ ਤੁਸੀਂ ਆਓ, ਤੁਹਾਡੀ ਕਿਰਪਾਨ ਬਾਹਰ ਅਸੀਂ ਇੱਕ ਸ਼ੀਸ਼ਾ ਲਾ ਦਿੰਦੇ ਹਾਂ, ਰਾਖੀ ਖੜੀ ਕਰਦੇ ਹਾਂ, ਤੁਹਾਡੀ ਕਿਰਪਾਨ ਤੇ ਰੱਖ ਦਿਓ, ਮੁੜ ਕੇ ਬਾਹਰ ਆ ਕੇ ਲੈ ਲਿਓ ਤੁਸੀਂ। ਅੱਛਾ ਜੀ। ਅੜੇ ਰਹੇ ਜੀ, ਨਹੀਂ ਜੀ ਕਿਰਪਾਨ ਸਾਨੂੰ ਗੁਰੂ ਸਾਹਿਬ ਨੇ ਦਿੱਤੀ, ਲੈ ਕੇ ਜਾਣੀ ਸਾਡੇ ਕਕਾਰਾਂ ਦਾ ਹਿੱਸਾ, ਚਲੋ ਨਹੀਂ ਲਿਜਾ ਸਕੇ, ਅਸਤੀਫਾ ਦੇ ਦਿੱਤਾ। 1998 ਦੇ ਵਿੱਚ ਫਿਰ ਮਾਨ ਸਾਹਿਬ ਅਕਾਲ ਤਖ਼ਤ ਤੇ ਪੇਸ਼ ਹੁੰਦੇ ਆ। ਅੱਛਾ ਜੀ। ਭਾਈ ਰਣਜੀਤ ਸਿੰਘ ਜਹੇਦਾਰ ਅਕਾਲ ਤਖ਼ਤ ਸੀ ਤੇ ਉਹਨੂੰ ਕਹਿੰਦੇ ਜੀ ਆਹ ਸਾਨੂੰ ਪ੍ਰੋਬਲਮ ਕਿਰਪਾਨ ਦੀ ਆ ਰਹੀ ਹੈ ਤੇ ਅਸੀਂ ਕੀ ਕਰੀਏ ਜੀ। ਉਹ ਕਹਿੰਦੇ ਕਿਰਪਾਨ ਇੱਥੇ ਰੱਖ ਦਿਓ, ਕੋਈ ਗੱਲ ਨੀ। ਲੇਕਿਨ ਮਾਨ ਸਾਹਿਬ ਕਿਰਪਾਨ ਸਾਡਾ ਜਿਹੜਾ ਉਹ ਇਹ ਕੋਈ ਸ਼ੱਕ ਵਾਲੀ ਗੱਲ ਨੀ, ਸਾਡੇ 5 ਕਕਾਰਾਂ ਸ਼ਾਮਿਲ ਹੈਗੀ ਆ, ਅਸੀਂ ਗਾਤਰਾ ਵੀ ਪਾਉਂਦੇ ਹਾਂ ਅੱਜ ਕੱਲ੍ਹ। ਅਸੀਂ ਜੇ ਨਹੀਂ ਜਾਣਦੇ, ਜਿਹੜੀ ਪਾਰਲੀਮੈਂਟ ਆ ਉਹ ਕੋਈ ਉੱਥੇ ਜੰਗ ਦਾ ਮੈਦਾਨ ਨਹੀਂ, ਉੱਥੇ ਗੱਲ ਵਿਚਾਰਾ ਨਾਲ ਹੋਣੀ ਆ, ਸੰਵਾਦ ਨਾਲ ਹੋਣੀ ਆ, ਆਪਣੇ ਤਰੀਕੇ ਦੇ ਸਲੀਕੇ ਨਾਲ ਹੋਣੀ, ਤੁਸੀਂ ਇੱਕ ਪੜ੍ਹੇ ਲਿਖੇ ਬੰਦੇ ਬੜੇ ਸਲੀਕੇ ਨਾਲ ਤੁਸੀਂ ਆਪਣੀ ਗੱਲ ਪੇਸ਼ ਕਰ ਸਕਦੇ ਹੋ ਜੀ। ਮਾਨ ਸਾਹਿਬ ਨੇ ਉਹਨਾਂ ਦੀ ਗੱਲ ਮੰਨ ਲਈ, ਜਹਿਦਰ ਅਕਾਲ ਤਖ਼ਤ ਦਾ ਆਦੇਸ਼ ਮੰਨਿਆ ਉਹਨਾਂ ਨੇ, ਉਦੋਂ ਉਹ ਮੁੱਦਾ ਕਿਰਪਾਨ ਦਾ ਛੱਡ ਦਿੱਤਾ। ਅੱਜ ਵੀ ਮੇਰੇ ਵੀ ਕਈ ਕਹਿ ਦਿੰਦੇ ਆ ਵੀ ਮਾਨ ਕਿਰਪਾਨ ਲੈ ਕੇ ਜਾਊਗਾ। ਠੀਕ ਹੈ ਜੀ। ਪਤਾ ਜੀ ਉਹਨਾਂ ਨੂੰ ਮਾਨ ਦੀ ਜਿਹੜੀ ਜਿੱਤ ਹਜ਼ਮ ਨਹੀਂ ਹੁੰਦੀ, ਡੈਮੋਕਰੇਸੀ ਆ, ਲੋਕਾਂ ਨੇ ਇਹਨਾਂ ਨੂੰ ਦੇਤੀ, ਠੀਕ ਹੈ ਲੋਕਾਂ ਜਿਤਾ ਦਿੱਤਾ, ਜਿਹੜਾ ਮਰਜ਼ੀ ਵੀ ਜਿਤਾ ਦਿੱਤਾ ਉਹਨਾਂ ਨੇ ਜੀ।
ਹੁਣ ਮਾਨ ਸਾਹਿਬ 1999 ਚ ਸੰਗਰੂਰ ਤੋਂ ਜਿੱਤ ਕੇ ਜਦੋਂ ਪਾਰਲੀਮੈਂਟ ਦੇ ਵਿੱਚ ਜਾਂਦੇ ਨੇ ਜੀ, ਇਹੋ ਜਿਹੇ ਮੁੱਦੇ ਪੰਜਾਬ ਦੇ ਜਾਂ ਸਾਡੇ ਦੇਸ਼ ਦੇ ਮੁੱਦੇ ਤਰੀਕੇ ਤੇ ਸਲੀਕੇ ਨਾਲ ਪੇਸ਼ ਕਰਦੇ ਹੋ, ਇਹਨਾਂ ਨੇ ਪੇਸ਼ ਕੀਤੇ ਤੇ ਇਹਨਾਂ ਨੂੰ ਤਿੰਨ ਕਮੇਟੀਆਂ ਜਿਹੜੀਆਂ ਸੀਗੀਆਂ ਜੀ, ਐਕਸਟਰਨਲ ਅਫੇਅਰ ਕਮੇਟੀ, ਡਿਫੈਂਸ ਕਮੇਟੀ ਤੇ ਕਮਿਊਨੀਕੇਸ਼ਨ ਕਮੇਟੀ, ਤਿੰਨੇ ਟੌਪ ਦੀਆਂ ਕਮੇਟੀਆਂ ਦਾ ਮੈਂਬਰ ਪਾਇਆ ਗਿਆ ਸੀ। ਠੀਕ ਹੈ ਜੀ। ਇਹਨਾਂ ਨੇ ਬਹੁਤ ਸਲੀਕੇ ਨਾਲ ਆਪਣੀ ਗੱਲ ਕੀਤੀ ਤੇ ਬੈਸਟ ਪਾਰਲੀਮੈਂਟਰੀ ਟੇਰੀਅਨ ਦਾ ਇਹਨਾਂ ਨੂੰ ਖਿਤਾਬ ਮਿਲਿਆ ਸੀ, ਉਦੋਂ ਸਰਟੀਫਿਕੇਟ ਦਿੱਤਾ ਗਿਆ ਸੀ ਵੀ ਬਹੁਤ ਵਧੀਆ ਸੰਸਦ ਮੈਂਬਰ ਹੋ ਤੁਸੀਂ। ਠੀਕ ਹੈ ਜੀ। ਤੇ ਜੇ ਅਜੇ ਵੀ ਲੋਕਾਂ ਨੂੰ ਕਿਸੇ ਗੱਲ ਦਾ ਸ਼ੱਕ ਆ ਤੇ ਫਿਰ ਮੈਂ ਸੋਚਦਾ ਵੀ ਉਹ ਲੋਕ ਮਾਨਸਿਕ ਤੌਰ ਤੇ ਬਿਮਾਰ ਨਹੀਂ, ਮਾਨ ਦੀ ਜਿੱਤ ਨੂੰ ਵੇਖ ਕੇ ਜੀ। ਅਗਲੀ ਗੱਲ ਕਰਦੇ ਹਾਂ ਆਪਾਂ, ਜਿਹੜੀ ਗੱਲ ਇਹ ਕਰਨੀ ਵੀ ਮਾਨ ਸਾਹਿਬ ਨੇ ਜਦੋਂ ਇਹ ਉੱਥੇ ਗਏ ਸੀ ਉਹਨਾਂ ਕਿਹਾ ਜੀ ਸਾਡੇ ਗਊਆਂ ਦੀ ਬੜੀ ਪ੍ਰੋਬਲਮ ਹੈ ਜੀ, ਗਊਆਂ ਦੇ ਐਕਸੀਡੈਂਟ ਦੇ, ਗਊਆਂ ਮਰ ਵੀ ਜਾਂਦੀਆਂ, ਉਹਨਾਂ ਦੀਆਂ ਜਿਹੜੇ ਸਰੀਰ ਜਿਹੜੇ ਸੀ ਉਹ ਰੜਕਦੇ ਰਹਿੰਦੇ, ਸੜਕਾਂ ਦੇ ਉੱਤੇ ਪੈ ਰਹਿੰਦੇ ਆ, ਇਸ ਕਰਕੇ ਅਸੀਂ ਚਾਹੁੰਦੇ ਹਾਂ ਇਹਦੀਆਂ ਗਊਸ਼ਾਲਾਵਾਂ ਬਣੀਆਂ ਜਾਣ। ਮਾਨ ਸਾਹਿਬ ਨੇ ਪਾਰਲੀਮੈਂਟ ਮੁੱਦਾ ਚੁੱਕਿਆ ਸੀ ਗਊਸ਼ਾਲਾਵਾਂ ਦਾ। ਅੱਛਾ ਜੀ। ਉਹਨਾਂ ਆਪਣੀ ਐਮਪੀ ਲੈਂਡ ਫੰਡ ਦੇ ਵਿੱਚੋਂ ਗ੍ਰਾਂਟਾਂ ਦੇ ਕੇ ਕਈ ਜਗ੍ਹਾ ਗਊਸ਼ਾਲਾਵਾਂ ਬਣਾਈਆਂ ਵੀ ਸੀ। ਠੀਕ ਹੈ ਜੀ। ਇਸ ਕਰਕੇ ਅਜੇ ਵੀ ਤੁਸੀਂ ਉਸ ਬੰਦੇ ਦੀ ਨੀਅਤ ਤੇ ਸ਼ੱਕ ਕਰੋ, ਖਾਲਿਸਤਾਨ ਵੇਖੋ, ਮੰਗਣ ਦਾ ਅਧਿਕਾਰ ਤੁਹਾਨੂੰ ਸੁਪਰੀਮ ਕੋਰਟ ਨੇ ਦਿੱਤਾ ਵਾ ਜੀ, ਬਿਲਕੁਲ। ਜੇ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰ ਸਕਦਾ, ਜੇ ਉਹਨੇ ਖਾਲਿਸਤਾਨ ਦੀ ਗੱਲ ਕਰਤੀ, ਫਿਰ ਕਿਹੜੀ ਉੱਥੇ ਤੋਪ ਚੱਲ ਗਈ ਹੈ ਜੀ। ਫਿਰ ਉਹ ਕਹਿੰਦਾ ਮੇਰੀ ਖਾਲਿਸਤਾਨ ਦੀ ਮੰਗ ਬਿਲਕੁਲ ਸ਼ਾਤਮਈ ਤਰੀਕੇ ਨਾਲ ਕਾਨੂੰਨ ਦੇ ਦਾਇਰੇ ਚ ਲੈ ਕੇ ਆ। ਠੀਕ ਹੈ ਜੀ। ਉਹ ਕਹਿੰਦਾ ਮੇਰੀ ਪਾਰਟੀ ਰਜਿਸਟਰ ਆ, ਹਿੰਦੁਸਤਾਨ ਦੇ ਕੌਂਸਟੀਟਿਊਸ਼ਨ ਮੁਤਾਬਕ ਰਜਿਸਟਰ ਆ, ਮੈਂ ਜੇ ਆਪਣੇ ਚੁਣਿਆ ਜਾਂਦਾ ਤੇ ਹਿੰਦੁਸਤਾਨ ਦੇ ਕੌਂਸਟੀਟਿਊਸ਼ਨ ਨੂੰ ਅਪਣਾ ਕੇ ਫਿਰ ਚੁਣਿਆ ਜਾਂਦਾ ਜੀ, ਤੇ ਜੇ ਫਿਰ ਵੀ ਕਿਸੇ ਨੂੰ ਮੇਰੇ ਖਾਲਿਸਤਾਨ ਡਰ ਲੱਗਦਾ ਲੱਗੀ ਜਾਵੇ, ਫਿਰ ਮੈਂ ਕੀ ਕਰ ਸਕਦਾ, ਫਿਰ ਮੈਨੂੰ ਦਾ ਬਿੱਲ ਆਉਂਦਾ ਕਿਤੇ। ਇਸ ਕਰਕੇ ਮਾਨ ਸਾਹਿਬ ਨੇ ਜਿਹੜੀ ਆਪਣੀ ਖਾਲਿਸਤਾਨ ਦੀ ਗੱਲ ਸ਼ਾਤਮਈ ਤਰੀਕੇ ਨਾਲ ਸਾਨੂੰ ਆਪਣੀ ਮੰਗ ਕਰਨ ਦਾ ਅਧਿਕਾਰ ਆ, ਅਸੀਂ ਕਹਿੰਦੇ ਵੀ ਜਿਹੜੀਆਂ ਸਾਡੇ ਨਾਲ ਆਜ਼ਾਦੀ ਤੋਂ ਪਹਿਲਾਂ ਕਮਿਟਮੈਂਟ ਕੀਤੀਆਂ ਸੀ ਸਾਡੀ ਕਾਂਗਰਸ ਸਰਕਾਰ ਨੇ ਉਹ ਪੂਰੀਆਂ ਕੀਤੀਆਂ ਨੇ ਜੀ। ਤੁਹਾਨੂੰ ਪਤਾ ਹੋਏਗਾ ਜਸਪ੍ਰੀਤ ਜੀ, 1947 ਤੋਂ ਪਹਿਲਾਂ ਬਕਾਇਦਾ ਤੌਰ ਤੇ ਜਿਨ੍ਹਾਂ ਨੇ ਸਾਡੇ ਲੀਡਰਾਂ ਨੂੰ ਕਿਹਾ ਸੀ ਭਾਈ ਤੁਸੀਂ ਸਾਡੇ ਨਾਲ ਰਲ ਜਾਓ ਜੀ, ਤੁਹਾਨੂੰ ਅਸੀਂ ਇੱਕ ਵੱਖਰਾ ਖਿੱਤਾ ਦੇ ਦੇਵਾਂਗੇ। ਉਦੋਂ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ ਭਾਈ ਤੁਹਾਡਾ ਇੱਕ ਧਰਮ ਆਧਾਰਿਤ ਰਾਜ ਆ, ਸਟੇਟ ਆ, ਅਸੀਂ ਤੁਹਾਡੇ ਨਾਲ ਨਹੀਂ ਚੱਲ ਸਕਦੇ ਜੀ। ਜਿਹੜਾ ਇੰਡੀਆ ਉਹ ਸੈਕੂਲਰ ਸਟੇਟ ਆ ਜਿੱਥੇ ਹਰ ਧਰਮ ਦੇ ਲੋਕਾਂ ਨੂੰ ਆਜ਼ਾਦੀ ਮਿਲੇਗੀ, ਤੁਸੀਂ ਸਾਨੂੰ ਆਜ਼ਾਦੀ ਨਹੀਂ ਦੇ ਸਕਦੇ। ਉਹਨੇ ਕਿਹਾ ਨਹੀਂ, ਤੁਸੀਂ ਆ ਜਾਓ, ਤੁਹਾਨੂੰ ਵੱਖਰਾ ਖਿੱਤਾ ਦੇਵਾਂਗੇ। ਜੇ ਕਿਤੇ ਸ਼ਾਇਦ ਸਾਡੇ ਲੀਡਰ ਉਦੋਂ ਉਹਦੀ ਆਖੀ ਮੰਨ ਜਾਂਦੇ, ਇੱਕ ਪੰਜਾਬ ਦੀ ਵੰਡਣਾ ਹੁੰਦੀ, ਇੱਕ ਕਤਲੇਆਮ ਨਾ ਹੁੰਦਾ, ਇੱਕ ਸਾਡੇ ਗੁਰਧਾਮ ਸਾਡੇ ਕੋਲ ਵਿਛੋੜੇ ਨਾ ਜਾਂਦੇ। ਚਲੋ ਖੈਰ, ਜੋ ਸਾਡੇ ਵੱਡੇ ਲੀਡਰਾਂ ਨੇ ਫੈਸਲਾ ਲਿਆ ਬਿਲਕੁਲ ਠੀਕ ਲਿਆ, ਸਮੇਂ ਦੇ ਮੁਤਾਬਕ ਅਸੀਂ ਉਹਨਾਂ 'ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ, ਲੇਕਿਨ ਉਹਦੇ ਵਿੱਚ ਰਹਿ ਕੇ ਜੇ ਮਾਨ ਕਹਿੰਦੇ ਕਿ ਸਾਡੀਆਂ ਮੰਗਾਂ ਪੂਰੀਆਂ ਕਰੋ ਤੇ ਮਾੜੀ ਕਿਹੜੀ ਗੱਲ ਆ। 1945 ਦੇ ਵਿੱਚ ਸ਼੍ਰੋਮਣੀ ਕਮੇਟੀ ਜੀ ਨੇ ਕਹਿ ਦਿੱਤਾ ਸੀ ਨਾ ਵੀ ਖਾਲਿਸਤਾਨ ਦੀ ਗੱਲ ਮਿਲ ਜਾਂਦੀ ਜਾਇਜ਼ ਹੈਗੀ ਆ। 1944 ਦੇ ਵਿੱਚ ਰਸ਼ੀਆ ਦੇ ਵਿੱਚ ਕਹਿ ਦਿੱਤਾ ਸੀ, ਸਾਡੇ ਜਿਹੜੇ ਕਾਮਰੇਡ ਸੀਗੇ ਹਰਸਿੰਘ ਸੁਰਜੀਤ, ਜਦੋਂ ਉੱਥੇ ਗਏ ਤੇ ਉਹਨਾਂ ਕਿਹਾ ਜੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਬਹਾਲ ਕੀਤਾ ਜਾਣਾ ਚਾਹੀਦਾ ਵਾ। ਠੀਕ ਹੈ ਜੀ। 1977 ਦੇ ਵਿੱਚ ਜਦੋਂ ਬਕਾਇਦਾ ਤੌਰ ਤੇ ਸਾਡੇ ਵਾਜਪਾਈ ਸਾਹਿਬ ਜਿਹੜੇ ਵਿਦੇਸ਼ ਮੰਤਰੀ ਬਣਦੇ ਆ ਤੇ ਇਹ ਚਾਈਨਾ ਜਾਂਦੇ ਨੇ ਜੀ, ਚਾਈਨਾ ਜਾ ਕੇ ਆਪਣੇ ਹਮ ਰੁਤਬਾ ਰੁਤਬਾ ਜਿਹੜੇ ਉੱਥੇ ਮਨਿਸਟਰ ਸੀ ਉਹਦੇ ਨਾਲ ਗੱਲਬਾਤ ਕਰਦੇ, ਉਹਨੂੰ ਕਹਿੰਦੇ ਸਾਡਾ ਲੱਖਾਂ ਮੀਲ ਤੁਸੀਂ ਆ ਜਿਹੜਾ ਸੀ ਆ ਕਿਲੋਮੀਟਰ ਜਿਹੜਾ ਏਰੀਆ ਦੱਬਿਆ ਸਾਰਾ ਛੱਡੋ ਤੁਸੀਂ ਜੀ, ਕਦੇ ਨਕਸ਼ਾ ਲਿਆਓ ਜੀ, ਕਿਹੜਾ ਨਕਸ਼ਾ, ਨਕਸ਼ੇ ਤੇ ਕਹਿੰਦਾ ਕਿਹੜਾ ਏਰੀਆ, ਉਹਦੇ ਕਹਿੰਦੇ ਆਹ ਏਰੀਆ ਵਾ ਜੀ। ਉਹ ਮਨਿਸਟਰ ਮਿਨਿਸਟਰ ਨੇ ਕੀ ਕਿਹਾ ਸੀ, ਕਹਿੰਦਾ ਵੇਖੋ ਇਹ ਏਰੀਆ ਤੁਹਾਡਾ ਨਹੀਂ ਜੀ, ਇਹ ਏਰੀਆ ਸਿੱਖ ਰਾਜਾ ਵਾ, ਸਿੱਖ ਰਾਜ ਸਸਪੈਂਡ ਆ, ਜਿੱਦਣ ਉਹ ਬਹਾਲ ਹੋ ਜਾਏਗਾ ਅਸੀਂ ਹੱਥ ਜੋੜ ਕੇ ਵਾਪਸ ਕਰ ਦੇਵਾਂਗੇ ਉਹਨਾਂ ਨੂੰ ਜੀ। ਇਹ ਬਕਾਇਦਾ ਤੌਰ ਤੇ ਰਾਜਮੋਹਨ ਗਾਂਧੀ ਉਹਨੇ ਆਪਣੀ ਕਿਤਾਬ 'ਚ ਲਿਖਿਆ, ਜਿਹੜਾ ਉਹ ਉਸ ਟਾਈਮ ਦੇ ਉੱਤੇ ਵਾਜਪਾਈ ਸਾਹਿਬ ਦਾ ਪੀ ਏ ਸੀਗਾ, ਨਿੱਜੀ ਸਹਿਕ ਸੀਗਾ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਜੇ ਮਾਨ ਆਪਣੀ ਖਾਲਿਸਤਾਨ ਦੀ ਡਿਮਾਂਡ ਕਰਦਾ ਕਿਸੇ ਨੂੰ ਡਰਨਾ ਨਹੀਂ ਚਾਹੀਦਾ, ਉਹ ਕਹਿੰਦਾ ਮੈਂ ਜੋ ਕਰ ਰਿਹਾ ਕੌਨਸਟੀਟਿਊਸ਼ਨ ਵਿੱਚ ਰਹਿ ਕੇ ਕਰ ਰਿਹਾ ਜੀ ਜੀ। ਬਿਲਕੁਲ ਜੀ। ਤੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦਾ ਜਿਹੜਾ ਚਰਚਾ ਤਾਂ ਆਈ ਸੀਗੀ ਤੇ ਉਹਦੇ ਬਾਰੇ ਵੀ ਜ਼ਰੂਰ ਚਾਨਣਾ ਪਾ ਦਿਓ ਜੀ। ਦੇਖੋ ਸੁਖਬੀਰ ਸਿੰਘ ਬਾਦਲ ਨੂੰ ਜਦੋਂ 2017 ਦੇ ਵਿੱਚ ਚੋਣ ਹਰੀ ਅਕਾਲੀ ਦਲ ਹਰਿਆ ਵਾ ਜੀ, ਤੇ ਪਹਿਲੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਉਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਘੰਟਾ ਲੇਟ ਪੁੱਜੇ ਦੇ। ਅੱਛਾ ਜੀ।
ਤੇ ਬਾਕੀ ਲੀਡਰ ਸਾਰੇ ਔਖੇ ਬੈਠੇ ਸੀ, ਭਾਈ ਤੂੰ ਪ੍ਰਧਾਨ ਆ ਤੇ ਫਿਰ ਕੀ ਆ, ਤੂੰ ਟਾਈਮ ਸਿਰ ਤੇ ਆ, ਸਾਰੇ ਬੈਠੇ ਇੱਥੇ ਕੋਰ ਕਮੇਟੀ ਵਾਲੇ ਜੀ, ਆ ਕੇ ਘੰਟੇ ਬਾਅਦ ਆਪਣੀ ਕੁਰਸੀ ਤੇ ਬਹਿੰਦੇ, ਕਹਿੰਦੇ ਜੀ ਮੈਂ ਹੁਣ ਨਵੀਂ ਪ੍ਰਪੋਜ਼ਲ ਲੈ ਕੇ ਆਇਆ। ਅੱਛਾ ਜੀ। ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਕਹਿੰਦੇ, ਸਰਦਾਰ ਸੁਖਬੀਰ ਸਿੰਘ ਪ੍ਰਪੋਜ਼ਲਾਂ ਛੱਡ। ਠੀਕ ਹੈ ਜੀ। ਜਦੋਂ ਵੀ ਪਾਰਟੀ ਹਾਰਦੀ ਰਹੀ ਆ ਤੇ ਉਦੋਂ ਪ੍ਰਧਾਨ ਆਪਣਾ ਅਸਤੀਫਾ ਪੇਸ਼ ਕਰਦਾ, ਇਹ ਕੋਰ ਕਮੇਟੀ ਦਾ, ਐਗਜੈਕਟਿਵ ਕਮੇਟੀ ਦਾ, ਇਹਨਾਂ ਦਾ ਇਹ ਵੇਖਣਗੇ ਤੇਰਾ ਅਸਤੀਫਾ ਪ੍ਰਵਾਨ ਕਰਨਾ ਕਿ ਨਹੀਂ ਕਰਨਾ। ਠੀਕ ਹੈ ਜੀ। ਤੇ ਸੁਖਬੀਰ ਸਿੰਘ ਬਾਦਲ ਨੇ ਗਲੇਡੂ ਛੁੱਟੇ ਤੇ ਆਪਣੀ ਸੀਟ ਛੱਡ ਕੇ ਤੁਰ ਪਿਆ, ਜੋ ਕਰਨਾ ਕਰ ਲਓ ਮੈਂ ਚੱਲਿਆ ਜੀ। ਉਹਨੂੰ ਮਨਾਉਣ ਵਾਸਤੇ ਬੀਬੀ ਜਗੀਰ ਕੌਰ ਤੇ ਬਕਾਇਦਾ ਤੌਰ ਤੇ ਸਾਡੇ ਸੁੱਚਾ ਸਿੰਘ ਲੰਘਾ ਗਏ ਸੀ, ਨਹੀਂ ਬਾਦਲ ਸਾਹਿਬ ਤੁਸੀਂ ਆਓ, ਅਸੀਂ ਤੁਹਾਡੇ ਨਾਲ ਖੜੇ, ਤੁਹਾਡੀ ਪ੍ਰਧਾਨਗੀ ਨੂੰ ਕੋਈ ਖਤਰਾ ਨਹੀਂ। ਅੱਛਾ ਜੀ। ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਚੁੱਪ ਕਰਕੇ ਬਹਿਣਾ ਪਿਆ ਸੀ ਜੀ। ਦਬਵੀਂ ਬਾਦ ਦੇ ਵਿੱਚ ਉਸ ਟਾਈਮ ਦੇ ਉੱਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਉਹਨਾਂ ਦੀ ਪ੍ਰੋੜਤਾ ਕੀਤੀ, ਠੀਕ ਹੈ ਸਾਡਾ ਇਤਿਹਾਸ ਇਹ ਕਹਿ ਰਿਹਾ ਜੀ। ਲੇਕਿਨ ਹੁਣ ਜਦੋਂ ਇਹਨਾਂ ਨੇ ਪਹਿਲਾਂ 11 ਮੈਂਬਰੀ ਫਿਰ 13 ਮੈਂਬਰੀ ਕਮੇਟੀ ਬਣਾਈ ਇਕਬਾਲ ਸਿੰਘ ਝੂੰਦਾ ਦੀ ਗਵਾਹੀ ਹੇਠੋਂ, 13 ਮੈਂਬਰੀ ਕਮੇਟੀ ਬਕਾਇਦਾ ਤੌਰ ਤੇ ਲੋਕਾਂ 'ਚ ਗਈ, ਵਰਕਰਾਂ 'ਚ ਗਈ, ਤੇ ਵਰਕਰਾਂ ਨੇ ਇੱਕੋ ਗੱਲ ਕਹੀ, ਭਾਈ ਅਸੀਂ 2 ਵਾਰੀ ਹਾਰ ਚੁੱਕੇ ਜੀ, ਤੇ ਉਹ ਇਸ ਕਰਕੇ ਤੁਸੀਂ ਉਡਦਾ ਕਰੋ ਵੀ ਲੀਡਰਸ਼ਿਪ ਤਬਦੀਲੀ ਚਾਹੀਦੀ, ਕਦੀ ਇੱਕ ਨਹੀਂ, ਪਹਿਲੀ ਤੇ ਦੂਸਰੀ ਕਤਾਰ ਦੀ ਦੋਵਾਂ ਲੀਡਰਸ਼ਿਪ ਤਬਦੀਲੀ ਕਰੋ ਜੀ। ਜੇ ਪਾਰਟੀ ਬਚਾਉਣੀ ਹੈ, ਜੇ ਅਕਾਲੀ ਦਲ ਬਚਾਉਣਾ, ਪਹਿਲੀ ਗੱਲ ਤੇ ਮੈਂ ਕਹਿੰਦਾ ਇਹਨਾਂ ਨੂੰ ਅਕਾਲੀ ਦਲ ਖਾਉਣ ਦਾ ਅਧਿਕਾਰ ਇਹਨਾਂ ਦਾ ਖਤਮ ਹੋ ਗਿਆ 1996 ਦੇ ਵਿੱਚ, ਜਦੋਂ ਮੋਗਾ ਕਾਨਫਰੰਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਹਿਤਾ ਸਾਡੀ ਹੁਣ ਪੰਥਕ ਪਾਰਟੀ ਨਹੀਂ ਤੇ ਪੰਜਾਬੀ ਪਾਰਟੀ ਬਣ ਗਈ। ਠੀਕ ਹੈ ਜੀ। ਖੈਰ ਚਲੋ, ਅਕਾਲੀ ਦਲ ਫਿਰ ਵੀ ਜੀ ਮਾਨਤਾ ਦਿੰਦੇ, ਹੁਣ ਪੰਥਕ ਮੁੱਦੇ ਵੀ ਯਾਦ ਆ ਗਏ ਹਨ। ਫਿਰ ਇਹਨਾਂ ਨੇ ਕਿਹਾ ਸੀ ਉਸ ਮੀਟਿੰਗ ਦੇ ਵਿੱਚ ਵੀ 23 ਜੂਨ ਤੋਂ ਬਾਅਦ ਜਦੋਂ ਸੰਗਰੂਰ ਦੀ ਚੋਣ ਹੋ ਜੂਗੀ ਉਦੋਂ ਬਾਅਦ ਇੱਥੇ ਵਿਚਾਰ ਚਰਚਾ ਕੀਤੀ ਜਾਊਗੀ ਵੀ ਆਪਾਂ ਇਹਦੀ ਪ੍ਰਧਾਨਗੀ ਵਾਸਤੇ ਕੀ ਕਰਨਾ ਜੀ। ਹੁਣ ਕੱਲ ਇੱਕ ਰੌਲਾ ਪੈ ਗਿਆ, ਸ਼ੋਰ ਮੱਚ ਗਿਆ ਵੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਵਾ ਤੇ ਉਹਨਾਂ ਦੀ ਜਗ੍ਹਾ ਤੇ ਸਰਦਾਰ ਬਲਵਿੰਦਰ ਸਿੰਘ ਭੂੰਦਲ ਨੂੰ ਜਿਹੜਾ ਸੀ ਉਹ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਜੀ। ਬਿਲਕੁਲ ਜੀ ਚਾਚਾ, ਮੈਨੂੰ ਵੀ ਕੁਛ ਵਿਦੇਸ਼ਾਂ ਚ ਵੀ ਫੋਨ ਆਏ, ਵੇਖਦੇ ਜੀ ਵੇਖੋ ਜੀ ਕਾਰਜਕਾਰੀ ਤਾਂ ਬੜਾ ਪਸੰਦ, ਲਫ਼ਜ਼ ਤਾਂ ਬੜਾ ਪਸੰਦ ਆ ਬਾਦਲਾਂ ਨੂੰ, ਵੇਖੋ ਹਰ ਕੱਲ ਨੂੰ ਕਿਤੇ ਕਹਿੰਦਾ ਕਿਤੇ ਕਾਰਜਕਾਰੀ ਪ੍ਰਧਾਨ ਇਸ ਜੀ ਲਾ ਦਿੰਦੇ, ਮੈਂ ਕਿਹਾ ਲੱਗ ਸਕਦਾ ਲੱਗਾ ਰਿਹਾ ਪੈਂਦਾ। ਠੀਕ ਹੈ ਜੀ। ਤੁਹਾਨੂੰ ਪਤਾ ਹੋਏਗਾ ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ 31 ਮਾਰਚ 2004 ਨੂੰ ਡੈਥ ਹੁੰਦੀ ਹੈ ਤੇ ਉਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਰਿਹਾ ਵਾ ਸਾਡਾ SCPC ਦਾ ਜੀ, ਅਲਵਿੰਦਰ ਪਾਲ ਸਿੰਘ ਪੱਖੋ ਕੇ ਸੀਨੀਅਰ ਮੀਤ ਪ੍ਰਧਾਨ ਸੀ, ਉਹਨੂੰ ਕਾਰਜਕਾਰੀ ਪ੍ਰਧਾਨ ਨਵੰਬਰ ਤੱਕ ਰੱਖਿਆ ਗਿਆ ਸੀ ਜੀ। ਇਸ ਕਰਕੇ ਇਹਦੇ ਵਿੱਚ ਜਿਹੜੇ ਸਾਡੇ ਬਲਵਿੰਦਰ ਸਿੰਘ ਭੂੰਦੜ ਆ, ਉਦੋਂ ਬਾਅਦ ਜਿਹੜੇ ਜਗਮੀਤ ਸਿੰਘ ਬਰਾੜ, ਤੁਹਾਨੂੰ ਪਤਾ ਉਹ ਆਪਣੀ ਕਿਸਮਤ ਦੇ ਬੰਦੇ ਆ ਜੀ, ਉਹਨਾਂ ਨੇ ਵੀ ਇੰਨੀ ਗੱਲ ਕਹਿਤੀ, ਵੇਖੋ ਬਾਦਲ ਪਰਿਵਾਰ ਨੂੰ ਤੇ ਅਕਾਲੀ ਦਲ ਨੂੰ ਤੁਸੀਂ ਜੋੜ ਕੇ ਨਾ ਵੇਖੋ, ਲੇਕਿਨ ਇਹ ਆ ਸਾਡੀਆਂ 3 ਹਰਾਂ ਹੋ ਚੁੱਕੀਆਂ, ਤਬਦੀਲੀ ਹੋਣੀ ਚਾਹੀਦੀ ਹੈ ਜੀ, ਤੇ ਨਾਲ ਪ੍ਰਧਾਨ ਦੇ ਜਿਹੜੇ ਆ ਨਵੇਂ ਵਰਕਿੰਗ ਜਿਹੜੇ ਪ੍ਰਧਾਨ ਲਾਉਣੇ ਚਾਹੀਦੇ ਆ, ਇੱਕ ਮੱਝ ਚ ਲਾਉਣਾ ਚਾਹੀਦਾ, ਇੱਕ ਦੁਆਬੇ ਚ ਲਾਉਣਾ ਚਾਹੀਦਾ, ਇੱਕ ਮਾਲਵੇ ਚ ਲਾਉਣਾ ਚਾਹੀਦਾ। ਠੀਕ ਹੈ ਜੀ। ਮੱਝ ਚ ਉਹਨਾਂ ਕਿਹਾ ਰਵੀਕਰਨ ਸਿੰਘ ਕੱਲ ਦਾ ਨਾਂ ਲਿਆ ਤੇ ਬਕਾਇਦਾ ਤੌਰ ਤੇ ਦੁਆਬੇ ਤੋਂ ਗੁਰਪ੍ਰਤਾਪ ਸਿੰਘ ਵਡਾਲਾ ਦਾ ਨਾਂ ਲਿਆ ਜਿਹੜਾ ਪੰਥਕ ਪਰਿਵਾਰ ਆ ਜੀ, ਔਰ ਮਾਲਵੇ ਦੇ ਵਿੱਚੋਂ ਜਿਹੜੇ ਇੱਕ ਸੀਟ ਜਿੱਤੇ ਨੇ ਦਾਖਾ ਵਾਲੀ ਮਨਪ੍ਰੀਤ ਸਿੰਘ ਇਆਲੀ, ਉਹਨਾਂ ਦਾ ਨਾਮ ਲਿਆ ਜੀ। ਨਾਲ ਉਹ ਵੀ ਕਹਿ ਗਏ ਵੀ ਸਹਿਜਧਾਰੀ ਵੋਟਾਂ ਜਿਹੜੀਆਂ ਉਹ ਬਹਾਲ ਕੀਤੀਆਂ ਜਾਣ, ਹਾਲੀ ਕੋ ਸੁਪਰੀਮ ਕੋਰਟ ਨੇ ਅਮੈਂਡਮੈਂਟ ਕੀਤੀ ਆ, ਉਹ ਨਹੀਂ ਹੋ ਸਕਦਾ ਜੀ। ਉਹਦੇ ਵਿੱਚ ਇਹ ਵੀ ਗੱਲ ਕਹਿ ਗਏ, ਹੁਣ ਆਪਣੇ ਤਰੀਕੇ ਨਾਲ ਆਪਣੇ ਸਲੀਕੇ ਨਾਲ ਜਗਮੀਤ ਬਰਾੜ ਆਪਣਾ ਸੱਚ ਬੋਲ ਗਿਆ, ਲੇਕਿਨ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਸਰਦਾਰ ਬਲਵਿੰਦਰ ਸਿੰਘ ਭੂੰਦਲ ਨੂੰ ਇੱਕ ਪ੍ਰੈਸ ਨੂੰ ਕਰਕੇ ਸਪਸ਼ਟੀਕਰਨ ਦੇਣਾ ਪਿਆ, ਭਾਈ ਸੁਖਬੀਰ ਸਿੰਘ ਬਾਦਲ ਕੋਲ ਨਾ ਕੇ ਅਸਤੀਫਾ ਮੰਗਿਆ, ਠੀਕ ਹੈ ਜੀ, ਤੇ ਨਾ ਮੈਂ ਪ੍ਰਧਾਨ ਬਣਿਆ ਜੀ, ਮਤਲਬ ਪ੍ਰਧਾਨਗੀ ਬਚ ਗਈ ਉਹਨਾਂ ਦੀ। ਬਿਲਕੁਲ, ਉਹਨਾਂ ਦੇ ਨਾਲ ਬੈਠੇ ਸੀ, ਇੱਕ ਪਾਸੇ ਬੈਠੇ ਸੀ ਚਰਨਜੀਤ ਸਿੰਘ ਬਰਾੜ ਤੇ ਦੂਜੇ ਪਾਸੇ ਬੈਠੇ ਸੀ ਹਰਚਰਨ ਸਿੰਘ ਬੈਂਸ। ਅੱਛਾ ਜੀ। ਜਿੱਥੇ ਕਿਤੇ ਉਹ ਥਿੜਕਦੇ ਸੀ, ਉਹ ਦੱਸਦੇ ਸੀ ਮਹਾਰਾਜ ਜਹਿਦਾਰ ਸਾਹਿਬ ਵੀ ਗੱਲ ਕਹਿ ਦਿਓ ਮਾੜੀ ਜੀ, ਇਹ ਵੀ ਆਪਣੇ ਹੱਕ ਦੀ ਗੱਲ ਜਾਂਦੀ, ਉਹ ਕਹਿੰਦੇ ਠੀਕ ਕਹਿ ਦਿੰਦੇ ਆ। ਠੀਕ ਹੈ ਜੀ। ਤੇ ਮਨਜੀਤ ਸਿੰਘ ਕਲਕੱਤਾ ਕਹਿੰਦੇ ਹੁੰਦੇ ਜਦੋਂ ਕਿਤੇ ਮਿਲਦੇ ਹੁੰਦੇ ਸੀ ਬਲਵਿੰਦਰ ਸਿੰਘ ਭੂੰਦਲ ਬਾਰੇ, ਤੁਹਾਡੇ ਕੀ ਵਿਚਾਰ, ਉਹ ਕਹਿੰਦੇ ਜੀ ਉਹ ਤੇ ਬਾਦਲਾਂ ਦਾ ਮੁਨਸ਼ੀ ਆ, ਉਹ ਤੇ ਗੱਲ ਨੀ ਕਹਿੰਦੇ, ਲੀਡਰ ਥੋੜੀ ਕੀ ਹੋਗਾ। ਅੱਛਾ ਜੀ। ਲੇਕਿਨ ਅਸੀਂ ਇਹ ਗੱਲ ਨੀ ਕਹਿੰਦੇ, ਮਨਜੀਤ ਸਿੰਘ ਕਲਕੱਤਾ ਕਹਿੰਦੇ ਜਿਹੜੀ ਦੁਨੀਆਂ ਤੇ ਨਹੀਂ ਹੈਗੇ ਜੀ। ਇਸ ਕਰਕੇ ਉਹ ਪ੍ਰਧਾਨ ਦੀ ਤੇ ਸੁਖਬੀਰ ਸਿੰਘ ਦੀ ਬਾਦਲ ਦੀ ਬਚੀ ਆ, ਤੇ ਪ੍ਰਧਾਨੀ ਬਚੀ ਵੀ ਰਹਿਣੀ ਆ। ਮੈਨੂੰ ਨੀ ਜੀਦਾ ਵੀ ਅਗਲੇ ਪਾਸੇ ਅਕਾਲੀ ਦਲ ਚ ਕੋਈ ਉਹਨਾਂ ਦੀ ਪ੍ਰਧਾਨਗੀ ਖੋਲਦੀ ਮਤ ਰੱਖਦਾ,
ਜੀ ਅਗਲੀ ਗੱਲ ਕਿਸੇ ਵੇਲੇ ਪਾਰਟੀ ਨੂੰ ਫੰਡ ਆਉਂਦੇ ਸੀ ਅਕਾਲੀ ਦਲ ਕਿਸੇ ਵੇਲੇ ਪੰਜਾਬ ਸਰਕਾਰ ਨੂੰ ਲੋਨ ਵੀ ਦਿੰਦਾ ਸੀ ਅੱਜ ਉਹ ਨੰਗ ਧੜੰਗ ਪਾਰਟੀ ਹੋਈ ਪਈ ਹੈ ਕਿਉਂਕਿ ਕੈਸ਼ੀਅਰ ਕੋਈ ਨੀ ਗਾ ਜਿਹਦੇ ਕੋਲ ਪੈਸੇ ਆਉਂਦੇ ਕਿੱਥੇ ਜਾਂਦੇ ਪਤਾ ਕੋਈ ਨੀ ਉਹਦੀ ਜਿਹੜੀ ਔਰਬਿਟ ਬਸ ਚੱਲਦੀ ਆ ਔਰਬਿਟ ਬਸ ਦੇ ਫੰਡਾਂ ਦੇ ਵਿੱਚੋਂ ਫੰਡ ਆਉਂਦੇ ਆ ਤੇ ਅਕਾਲੀ ਦਲ ਚੱਲਦਾ ਤੇ ਫਿਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕੌਣ ਚੈਲੇਂਜ ਕਰੇਗਾ ਬਿਲਕੁਲ ਜੀ ਬਾਕੀ ਜੀ ਸੋ ਪ੍ਰਧਾਨਗੀ ਕਾਫੀ ਉਲਝੀ ਪਈ ਹੈ ਤੇ ਲੱਗਦਾ ਪਰ ਬਰਕਰਾਰ ਰਹੇਗੀ ਬਾਦਲ ਸਾਹਿਬ ਦੀ ਤੇ ਹੁਣ ਆਪਾਂ ਅਗਲੀ ਖਬਰ ਜਿਹੜੀ ਲੈਣੀ ਚਾਹਵਾਂਗੇ ਜੀ ਉਹ ਲੈਣੀ ਚਾਹਵਾਂਗੇ ਭਾਈ ਬਲਵੰਤ ਸਿੰਘ ਰਾਜੋਆਣਾ ਸੋ ਉਹਨਾਂ ਦੀ ਭੈਣ ਕਮਲਦੀਪ ਸਿੰਘ ਰਾਜੋਆਣਾ ਜਿਹੜੇ ਅਕਾਲੀ ਦਲ ਵੱਲੋਂ ਚੋਣ ਤਾਂ ਲੜੇ ਸਨ ਪਰ ਅਸੀਂ 20,000 ਵੋਟਾਂ ਹੀ ਮੇਰਾ ਖਿਆਲ ਉਹਨਾਂ ਨੂੰ ਪਈਆਂ ਸੀ ਪਰ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਐਲਾਨ ਹੋ ਗਿਆ ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਹਰ ਮਹੀਨੇ 20,000 ਰੁਪਏ ਦੇਵੇਗੀ ਸੋ ਕਿਵੇਂ ਦੇਖਦੇ ਹੋ ਜੀ ਇਸ ਖਬਰ ਨੂੰ ਜਿਸੋਂ ਤੱਕ ਭਾਈ ਰਾਜੋਆਣੇ ਦੀ ਗੱਲ ਹੈ ਜੀ ਭਾਈ ਬਲਵੰਤ ਸਿੰਘ ਰਾਜੋਆਣੇ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਕਾਇਦਾ ਤੌਰ ਤੇ ਐਲਾਨ ਕੀਤਾ ਸੀ ਕਿ ਵੋਟਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪਈਆਂ ਨੇ ਬਿਲਕੁਲ ਜੀ ਉਹਨਾਂ ਦੀ ਭੈਣ ਪਹਿਲਾਂ ਪਟਿਆਲੇ ਤੋਂ ਚੋਣ ਲੜੀ ਸੀ ਤੇ ਜਬਾਨ ਜ਼ਬਤ ਹੋਈ ਸੀਗੀ ਜੀ ਹੁਣ ਐਤਕੀ ਪਾਰਟੀ ਨੇ ਇੱਕ ਪੱਤਾ ਖੇਡਿਆ ਵੀ ਸ਼ਾਇਦ ਇਸ ਮੁੱਦੇ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਸਾਨੂੰ ਵੋਟਾਂ ਪੈ ਜਾਣ ਜੀ ਮੈਂ ਇਹ ਗੱਲ ਕਹੂੰਗਾ ਕਿ ਇਹਨਾਂ ਵੀਰਾਂ ਕੋਲੇ ਵੋਟਾਂ ਨਹੀਂ ਜੇ ਇਹਨਾਂ ਕੋਲੇ ਵੋਟਾਂ ਹੁੰਦੀਆਂ ਤੇ ਸੌਦਾ ਸਾਹਿਬ ਨੂੰ 2-3 ਉਮਰ ਕੈਦਾਂ ਹੋਈਆਂ ਤੇ ਉਹ ਬਾਹਰ ਬੈਠਾ ਤੇ ਇਹ ਜੇਲ੍ਹਾਂ 'ਚ ਬੈਠੇ ਜੀ ਇਹ ਆਪਣੀ ਕੈਦ ਵੀ ਪੂਰੀ ਕਰ ਚੁੱਕੇ ਨੇ ਸਭ ਕੁਛ ਹੋ ਚੁੱਕਾ ਲੇਕਿਨ ਇਹ ਜੇਲ੍ਹਾਂ 'ਚ ਬੈਠੇ ਨੇ ਬਿਲਕੁਲ ਜੀ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਤੇ ਬੀਬੀ ਕਵਲਜੀਤ ਕੌਰ ਨੂੰ 20 ਲੱਖ ਰੁਪਏ ਦਿੱਤੇ ਇਲੈਕਸ਼ਨ ਲੜਨ ਵਾਸਤੇ ਕਿਹਾ ਤੇ ਆ ਵੀ ਅਸੀਂ ਜਿਹੜੇ ਸ਼ਹੀਦ ਪਰਿਵਾਰ ਉਹਨਾਂ ਨੂੰ ਦੱਸੇ ਨੇ ਅੱਛਾ ਜੀ ਭਾਈ ਜੇ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਤੇ ਕੁਰਬਾਨੀ ਸਿਮਰ ਸਿੰਘ ਮਾਨ ਦੀ ਘੱਟ ਨਹੀਂ ਜੀ ਕੁਰਬਾਨੀ ਜਗਤਾਰ ਸਿੰਘ ਹਵਾਰੇ ਦੀ ਘੱਟ ਨਹੀਂ ਜੀ ਜਗਤਾਰ ਸਿੰਘ ਤਾਰੇ ਦੀ ਘੱਟ ਨਹੀਂ ਇਸ ਕਰਕੇ ਤੁਸੀਂ ਦੇਤੇ ਕੋਈ ਗੱਲ ਨੀ ਤੁਸੀਂ ਉਹਨਾਂ ਨੂੰ ਦੇ ਦਿਓ ਕੀ ਫਰਕ ਪੈਣ ਲੱਗਾ ਗੁਰੂ ਦੀ ਗੋਦ ਜਾਣੇ ਕਿਹੜੀ ਕਿਹੜੀ ਦੇਸ਼ ਜਾਣੇ ਪਰ ਨਹੀਂ ਜਗਤਾਰ ਸਿੰਘ ਤਾਰੇ ਤੇ ਜਗਤਾਰ ਸਿੰਘ ਹਵਾਰੇ ਨੇ ਬਕਾਇਦਾ ਤੌਰ ਤੇ ਕਿਹਾ ਸੀ ਜਿਹੜਾ ਮਾਨ ਆ ਉਹ ਡਿਜ਼ਰਵ ਕਰਦਾ ਉਹਦੀ ਬਹੁਤ ਵੱਡੀ ਕੁਰਬਾਨੀਆਂ ਸੰਗਰੂਰ ਚੋਣਾਂ ਦੇ ਵਿੱਚ ਵੋਟਾਂ ਉਹਨੂੰ ਪਾਈਆਂ ਜਾਣ ਜੀ ਤੇ ਰਾਜੋਆਣੇ ਦੀ ਭੈਣ ਖੜੀ ਸੀ ਆਪਸ ਵੱਡੇ ਗਏ ਇਹਨਾਂ ਨੇ ਪਹਿਲਾਂ ਤੇ ਇੱਕ 2019 ਚ ਮਤਾ ਕੀਤਾ ਵੀ ਜਿਹੜੇ ਭਾਈ ਰਾਜੋਆਣੇ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਉਹਨਾਂ ਦੀ ਪੈਸਾ ਦੀ ਖਤਮ ਜ਼ਰੂਰਤ ਆ ਤੇ ਮਤਾ ਨੰਬਰ 75 ਦੇ ਅਨੁਸਾਰ ਐਸ ਜੀ ਪੀ ਸੀ ਨੇ ਰਿਜੈਕਟ ਚ ਪਾਸ ਕਰਤਾ ਤੇ ਉਹਨਾਂ ਨੂੰ 10,000 ਮਹੀਨਾ ਦੁੱਖ ਨਿਵਾਰਨ ਪਟਿਆਲਾ ਦਾ ਗੁਰਦੁਆਰਾ ਜੇਲ੍ਹ ਚ ਪਹੁੰਚਾ ਕੇ ਕਰੇਗਾ ਅੱਛਾ ਜੀ ਹੁਣ ਇਹਨਾਂ ਨੇ ਕੀ ਕੀਤਾ ਵੀ ਉਹ ਰਾਸ਼ੀ ਵਧਾ ਕੇ 20,000 ਕਰਨੀ ਸੀ ਇੱਕ ਵੀਰ ਨੇ ਸ਼ਾਇਦ ਨੂੰ ਨਹੀਂ ਪਤਾ ਕਿੱਥੇ ਸਵਾਲ ਕੀਤਾ ਸੀ ਉਹਨੇ ਕਿਹਾ ਸੀ ਵੀ ਕੀ ਬੰਦੀ ਸਿੰਘਾਂ ਦੀ ਗੱਲ ਕੀਤੀ ਉਹਨਾਂ ਨੂੰ ਸਦਾ ਕੀਤੀ ਜਾ ਰਹੀ ਹੈ ਤੇ ਅਸੀਂ ਦੱਸ ਦਈਏ ਵੀ ਵਾਕਿਆ ਹੀ ਭਾਈ ਰਾਜੋ ਨੇ ਸਦਾ ਕੀਤੀ ਜਾ ਰਹੀ ਹੈ ਬਾਕੀਆਂ ਦੀ ਨਹੀਂ ਠੀਕ ਹੈ ਭਾਈ ਰਾਜੋ ਵਾਲੇ ਨਾਲ ਜਗਤਾਰ ਸਿੰਘ ਹਵਾਰਾ ਜੇਲ੍ਹ 'ਚ ਬੈਠਾ ਜਗਤਾਰ ਸਿੰਘ ਤਾਰਾ ਜੇਲ੍ਹ 'ਚ ਬੈਠਾ ਭਾਈ ਗੁਰਮੀਤ ਸਿੰਘ ਬੈਠਾ ਭਾਈ ਲਖਬੀਰ ਸਿੰਘ ਬੈਠਾ ਭਾਈ ਸ਼ਮਸ਼ੇਰ ਸਿੰਘ ਬੈਠਾ ਇਹਦੀ ਕਿਹੜੇ ਕੇਸ ਇਨਵੋਲਵ ਨੇ ਜੀ ਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਜੇ ਕਿਤੇ ਇਹਦੀ ਮਦਦ ਕੀਤੀ ਤੇ ਉਹਨਾਂ ਵੀਰਾਂ ਦੀ ਵੀ ਕਰ ਦਿਓ ਕਿ ਉਹਨਾਂ ਦੇ ਪਰਿਵਾਰ ਛੋਟੇ ਛੋਟੇ ਨੇ ਬਿਲਕੁਲ ਜੀ ਲਖਵਿੰਦਰ ਸਿੰਘ ਦੇ ਇੱਕ ਰਿਸ਼ਤੇਦਾਰ ਨੇ ਮੈਨੂੰ ਨਹੀਂ ਪਤਾ ਕੀ ਲੱਗਦਾ ਸੀ ਉਹਨੇ ਇੰਨੀ ਗੱਲ ਕਹੀ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਲੜਨ ਵਾਸਤੇ ਸਾਡੇ ਕੋਲ ਇੰਨੇ ਪੈਸੇ ਨਹੀਂ ਠੀਕ ਹੈ ਆਪਣੀਆਂ ਜ਼ਮੀਨਾਂ ਜਾਇਦਾਦ ਵੇਚ ਕੇ ਅਸੀਂ ਲਾ ਚੁੱਕੇ ਹਾਂ ਸਾਡੇ ਕੋਲ ਜਿੰਨੇ ਪੈਸੇ ਹੁੰਦੇ ਉਸ ਹਿਸਾਬ ਦਾ ਅਸੀਂ ਵਕੀਲ ਕਰਨੇ ਜੇ ਕਿਤੇ ਸਾਡੀ ਕੋਈ ਮਦਦ ਕਰਨਾ ਚਾਹੇ ਸਾਨੂੰ ਕੋਈ ਵੱਡਾ ਵਕੀਲ ਹੋ ਸਾਡੇ ਕਰ ਦੇਣ ਤੇ ਸ਼ਾਇਦ ਸਾਡਾ ਕੋਈ ਭਲਾ ਹੋ ਜਾਵੇ ਠੀਕ ਹੈ ਜੀ ਉਹਨਾਂ ਦਿਨਾਂ 'ਚ ਤੁਹਾਨੂੰ ਪਤਾ ਵਾ 22 ਲੱਖ ਰੁਪਇਆ ਰੱਖਿਆ ਸੀਗਾ ਮਾਂਡ ਸਾਹਿਬ ਜਿਸ ਮੋਰਚਾ ਖਤਮ ਕੀਤਾ ਬਰਗਾੜੀ ਵਾਲਿਆਂ ਨੇ ਕਹਿੰਦੀ 22 ਲੱਖ ਰੁਪਇਆ ਜਿਹੜੇ ਪੈਸੇ ਆਏ ਸੀ ਆ ਬਚੇ ਪਿਆ ਜਿਹਨੇ ਖੰਡਾ ਲੈ ਜੇ ਠੀਕ ਹੈ ਜੀ ਇਸੇ ਮੱਚ ਤੋਂ ਆਪਾਂ ਕਿਹਾ ਸੀਗਾ ਵੀ ਮੰਦ ਸਾਹਿਬ ਤੁਹਾਡੇ ਕੋਲ 22 ਲੱਖ ਬਚਿਆ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਕੋਈ ਤਕੜਾ ਵਕੀਲ ਕਰਕੇ ਸੁਪਰੀਮ ਕੋਰਟ ਨੂੰ ਦੇ ਦਿਓ ਬਿਲਕੁਲ ਜੀ ਇਹਨਾਂ ਦੀ ਰਹੀ ਹੋ ਸਕੇ ਜੀ ਜੀ ਬਿਲਕੁਲ ਜੀ ਸੋ ਪੱਟੀ ਸਾਹਿਬ ਕੋਈ ਜਾਂਦੇ ਜਾਂਦੇ ਕੋਈ ਹੋਰ ਅਹਿਮ ਖਬਰ ਜਿਸ ਦੇ ਬਾਰੇ ਤੁਸੀਂ ਸਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹੋ ਜੀ ਬਸ ਜੀ ਖਬਰਾਂ ਦੇ ਲਗਭਗ ਹੋਈ ਗਈਆਂ ਸਾਰੀਆਂ ਸਾਂਝੀਆਂ ਹੋ ਗਈਆਂ ਵਾ ਅਸੀਂ ਸਿਰਫ ਇੰਨੀ ਗੱਲ ਕਹਾਂਗੇ ਕਿ ਜਿਹੜੀ ਇਸ ਵੇਲੇ ਸਾਡੇ ਪੰਜਾਬ ਦੇ ਹਾਲਾਤ ਉਹਦੇ ਖਿਲਾਫ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ
ਇਹ ਨਾ ਹੋਵੇ ਵੀ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਹਾਲਾਤ ਇੰਨੇ ਕੁ ਵਿਗੜ ਜਾਣ ਤੇ ਕੋਈ ਵੀ ਆਪਣੇ ਆਪ ਨੂੰ ਸੇਫ ਨਾ ਸਮਝੇ। ਬਿਲਕੁਲ ਜੀ, ਕੋਈ ਸਮਾਂ ਸੀ ਜਦੋਂ ਲੋਕ ਕਹਿੰਦੇ ਹੁੰਦੇ ਸੀ ਵੀ ਅੱਜ ਕੱਲ੍ਹ ਅਸੀਂ ਕਹਿੰਦੇ ਆਪਦੇ ਕੁੜੀਆਂ ਟਾਈਮ ਸਿਰ ਘਰ ਆ ਜਾਣ ਜੀ, ਕੋਈ ਸਮਾਂ ਸੀ ਲੋਕੀ ਕਹਿੰਦੇ ਮੁੰਡੇ ਵੇਲੇ ਸਿਰ ਘਰ ਆ ਜਾਣ ਜੀ, ਪਤਾ ਕੋਈ ਨੀ ਕਿੱਥੇ ਸੀ ਆਰ ਪੀ ਨੇ ਚੁੱਕ ਲੈਣਾ, ਪੁਲਿਸ ਨੇ ਚੁੱਕ ਲੈਣਾ, ਬੀ ਐਸ ਐਫ ਨੇ, ਪਤਾ ਹੀ ਕੋਈ ਨੀ ਕਹਿੰਦੇ ਚੁੱਕ ਲੈਣਾ। ਠੀਕ ਹੈ ਜੀ, ਤੇ ਫਿਰ ਮੋਟੀਆਂ ਰਕਮਾਂ ਮੰਗਦੇ ਸੀ ਵੀ ਇੰਨੇ ਪੈਸੇ ਦੇ ਦੋ ਤੇ ਬੰਦਾ ਛਡਾ ਕੇ ਲੈ ਜਾਓ ਜੀ, ਜਿਹਨੇ ਨਹੀਂ ਦਿੱਤੀ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾਤਾ। ਇਸ ਕਰਕੇ ਪੰਜਾਬ ਦੇ ਮਾਹੌਲ ਨੂੰ ਠੀਕ ਕਰਨ ਵਾਸਤੇ ਸਰਕਾਰ ਤੇ ਦਬਾਅ ਪਾਓ ਵੀ ਪੰਜਾਬ ਦਾ ਮਾਹੌਲ ਸ਼ਾਂਤ ਹੀ ਬਣਿਆ ਰਹੇ। ਬਿਲਕੁਲ, ਅੱਜ ਦੀ ਡੇਟ ਦੇ ਵਿੱਚ ਮੈਂ ਜੇ ਕਹਾਂ ਤੇ ਨਾ ਤੇ ਇਹ ਯੂਪੀ ਆ ਤੇ ਨਾ ਬਿਹਾਰ ਤੇ ਨਾ ਬੰਗਾਲ ਆ, ਇਹ ਪੰਜਾਬ ਆ। ਪੰਜਾਬ ਦੇ ਵਿੱਚ ਇੱਕ ਖੜਕ ਦੇਸ਼ ਦੀ ਖੜਕ ਪਜਾਣਾ ਸੂਬਾ ਵਾ, ਤੇ ਜੇ ਕਿਤੇ ਇੱਥੇ ਗੜਬੜ ਹੁੰਦੀ ਹੈ ਤੇ ਸਾਰੇ ਦੇਸ਼ ਚ ਗੜਬੜ ਹੁੰਦੀ ਹੈ। ਪੰਜਾਬ ਨੂੰ ਜਿਹੜਾ ਸ਼ਾਂਤ ਰੱਖਣਾ ਬਹੁਤ ਜ਼ਰੂਰੀ ਹੈ ਜੀ। ਜੀ ਬਿਲਕੁਲ ਜੀ ਜੀ ਪੱਟੀ ਸਾਹਿਬ। ਸੋ ਪੱਟੀ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਅਤੇ ਖਬਰਾਂ ਦੇ ਉੱਤੇ ਝਾਤ ਪਾਉਣ ਦੇ ਲਈ ਅਤੇ ਗਹਿਰਾਈ ਦੇ ਨਾਲ ਵਿਸ਼ਲੇਸ਼ਣ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ ਜੀ ਜੀ। ਸੋ ਪਿਆਰੇ ਸਰੋਤਿਓ, ਇਹ ਸੰਸਦ ਦਾ ਜਸਵੀਰ ਸਿੰਘ ਪੱਟੀ ਸਾਹਿਬ ਅਤੇ ਇਹਨਾਂ ਨੇ ਬਹੁਤ ਸਾਰੀਆਂ ਖਬਰਾਂ ਦੇ ਉੱਤੇ ਗੱਲਬਾਤ ਕਰ ਹੀ ਦਿੱਤੀ ਹੈਗੀ ਅਤੇ ਹੁਣ ਵਿਹਲਾ ਹੋ ਗਿਆ ਜੀ ਇੱਕ ਬ੍ਰੇਕ ਦਾ, ਅਤੇ ਮਿਲਦੇ ਹਾਂ ਅਸੀਂ ਬ੍ਰੇਕ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਜੁੜਨਗੇ ਜੀ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ। ਸੋ ਢਿੱਲੋਂ ਸਾਹਿਬ ਨਾਲ ਵੀ ਕੁਝ ਜਿਹੜੀਆਂ ਅਹਿਮ ਖਬਰਾਂ ਨੇ ਅਤੇ ਮੁੱਦੇ ਨੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ ਜੀ। ਫਿਲਹਾਲ ਲੈਂਦੇ ਹਾਂ ਜੀ ਬ੍ਰੇਕ। ਸ਼ਮਾਦਾਨ जी हाँ, अकाल ट्रक एंड ट्रेलर सेंटर विनिपेग कैनेडा, जेड़े हर तरह दी मेजर ते माइनर ट्रक एंड ट्रेलर रिपेयर कर दी है, डीओटी सेफ्टी इंस्पेक्शंस कर दी है। ए हर तरह दी ब्रेका दे काम तो लेके सस्पेंशन, टायर इंस्टॉलेशन, इलेक्ट्रिक एंड डायग्नोस, रीबिल्ड ट्रांसमिशन, डिफरेंशियल ते क्लच जॉब्स, ऑयल चेंज, हर एक काम बड़ी तसल्ली नाल कर दे है जी। ए MPI अप्रूव्ड ने और हाँ, ए सीजनल सर्विसेस भी प्रोवाइड कर दे है। 24 घंटे 7 दिन दी सर्विसेस लाई ते वधेरे जानकारी लई कॉल करो 204-409-2000 या फिर कॉल करो 204-770-0460। ओए मेरे वीर, मैनू बस एक गल दस दे भी आ जेड़ी तू ट्रैवलिंग करदा ते ओदे तो बाद फ्रेश रहना, एदा राज की है? एदा राज है अर्लिंगटन फ्यूल स्टॉप। अर्लिंगटन फ्यूल स्टॉप 1801 पायनियर स्ट्रीट हाईवे एग्जिट 208 ते, जिथे तुहानू फ्री कॉफी, फ्री फैक्स सर्विस, फ्री ट्रक पार्किंग, रोटी, ठेका, लॉन्ड्री, शावर ते ट्रकां दा ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟ੍ਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ। ਫੋਨ ਨੰਬਰ 661-8797-2354।